subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਹਰਮਨਦੀਪ ਕੌਰ ਸਿੱਧੂ। ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਇੰਦਰਦੀਪ ਸਿੰਘ। ਕਰੰਟਲੀ ਹੀ ਸਰਵਿੰਗ ਇਨ ਅਮਨਦੀਪ ਹਸਪੀਟਲ ਅੰਮ੍ਰਿਤਸਰ। ਸੋ ਅੱਜ ਅਸੀਂ ਗੱਲ ਕਰਾਂਗੇ ਸਪੈਸ਼ਲੀ ਸਪੋਰਟਸ ਇੰਜਰੀ ਦੀ। ਮੈਂ ਥੋੜਾ ਜਿਹਾ ਆਪਣੀ ਆਡੀਅੰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਹਾਓ ਆਈ ਮੈਟ ਹਿਮ। ਮੇਰਾ ਖੁਦ ਦਾ ਬ੍ਰਦਰ ਜੋ ਕਿ ਬਾਸਕਿਟਬਾਲ ਖੇਡਦਾ ਹੈ, ਤੇ ਉਹਦੀ ਨੀ ਇੰਜਰੀ ਹੋ ਗਈ ਸੀ ਜਿਸਦੀ ਸਰਜਰੀ ਜਿਹੜੀ ਆ ਡਾਕਟਰ ਇੰਦਰਦੀਪ ਸਿੰਘ ਜੀ ਨੇ ਕੀਤੀ ਸੀ। ਸੋ ਮੈਨੂੰ ਆਪਣੇ ਪਰਸਨਲ ਜਿਹੜੇ ਐਕਸਪੀਰੀਅੰਸ ਤੋਂ ਮੈਨੂੰ ਇਹ ਲੱਗਾ ਕਿ ਬਹੁਤ ਸਾਰੇ ਬੋਇਜ਼ ਐਂਡ ਗਰਲਸ ਸਪੈਸ਼ਲੀ ਜਿਹੜੇ ਸਪੋਰਟਸ ਦੇ ਵਿੱਚ ਨੇ, ਦੇ ਮਸਟ ਬੀ ਫੇਸਿੰਗ ਲੋਟ ਆਫ ਪ੍ਰੋਬਲਮਸ, ਤੇ ਕਿਉਂ ਨਾ ਅਸੀਂ ਇੱਕ ਐਪੀਸੋਡ ਕਰੀਏ ਜਿਹਦੇ ਵਿੱਚ ਅਸੀਂ ਸਪੋਰਟਸ ਇੰਜਰੀ ਦੀ ਸਪੈਸ਼ਲੀ ਅਸੀਂ ਗੱਲ ਕਰੀਏ। ਸੋ ਡਾਕਟਰ ਇੰਦਰਦੀਪ ਸਿੰਘ ਜੀ, ਵੈਲਕਮ ਟੂ ਦ ਸ਼ੋ। ਥੈਂਕ ਯੂ। ਸੋ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਥੋੜਾ ਜਿਹਾ ਜਾਣਾਂਗੇ, ਅਬਾਊਟ ਯੋਰ ਫੈਮਿਲੀ ਐਂਡ ਯੋਰ ਐਜੂਕੇਸ਼ਨ। ਮੈਂ ਜੀ ਹੁਣ ਅੰਮ੍ਰਿਤਸਰ ਚ ਰਹਿਣਾ, ਪਰ ਪਹਿਲਾਂ ਮੈਂ ਬਿਲੋਂਗ ਕਪੂਰਥਲੇ ਨੂੰ ਕਰਦਾ। ਬਹੁਤ ਛੋਟਾ ਜਿਹਾ ਸ਼ਹਿਰ, ਮਾਝੇ ਦਾ ਨਹੀਂ, ਦੁਆਬੇ ਦਾ ਜੀ। ਪਰ ਹੁਣ ਮੈਂ ਮਾਝੇ ਦਾ ਹੀ ਹੋ ਗਿਆ। ਮੈਂ ਇੱਥੇ 2013 ਤੋਂ ਅੰਮ੍ਰਿਤਸਰ ਦੇ ਵਿੱਚ ਸੈਟਲਡ ਹਾਂ। ਮੇਰੀ ਗ੍ਰੈਜੂਏਸ਼ਨ ਜਿਹੜੀ ਸੀਗੀ ਉਹ ਮੈਂ ਚੇਨਈ ਤੋਂ ਕੀਤੀ, ਤੇ ਦੈਨ ਮੇਰੀ ਪੋਸਟ ਗ੍ਰੈਜੂਏਸ਼ਨ ਜਿਹੜੀ MS ਆਰਥੋਪੈਡਿਕਸ ਹੁੰਦੀ ਹੈ ਬੇਸਿਕਲੀ, ਉਹ ਮੈਂ ਨਾਸਿਕ ਤੋਂ ਕੀਤੀ, ਮਹਾਰਾਸ਼ਟਰ ਤੋਂ। ਆਰਥੋਪੈਡਿਕਸ ਕਰਨ ਤੋਂ ਬਾਅਦ ਬੇਸਿਕਲੀ ਇੱਕ ਫੈਲੋਸ਼ਿਪਸ ਹੁੰਦੀ ਹੈ। ਫੈਲੋਸ਼ਿਪ ਇਜ਼ ਨਥਿੰਗ ਬਟ ਅ ਟ੍ਰੇਨਿੰਗ ਪ੍ਰੋਗਰਾਮ। ਉਹ ਵੱਖਰੀਆਂ ਵੱਖਰੀਆਂ ਫੀਲਡਸ ਹੁੰਦੀਆਂ, ਜਿੰਨਾ ਕਿ ਆਪਾਂ ਸੁਣਦੇ ਹਾਂ ਕਿ ਜੁਆਇੰਟ ਰਿਪਲੇਸਮੈਂਟ ਦੇ ਵਿੱਚ ਹੁੰਦੀ ਹੈ, ਇਸੇ ਤਰ੍ਹਾਂ ਸਪੋਰਟਸ ਮੈਡੀਸਨ ਦੇ ਵਿੱਚ ਹੁੰਦੀ ਹੈ, ਜਾਂ ਆਰਥੋਸਕੋਪਿਕ ਸਰਜਰੀ, ਇਹ ਇੰਟਰਰਿਲੇਟਡ ਚੀਜ਼ਾਂ ਹੈਗੀਆਂ। ਦੈਨ ਸਪਾਈਨ ਸਰਜਰੀ ਦੇ ਵਿੱਚ ਵੱਖਰੀ ਹੁੰਦੀ ਹੈ। ਸੋ ਆਈ ਚੋਜ਼ ਸਪੋਰਟਸ ਮੈਡੀਸਨ ਕਿਉਂਕਿ ਮੇਰਾ ਆਪਣਾ ਪੈਸ਼ਨ ਵੀ ਸੀਗਾ, ਮੈਂ ਆਪ ਵੀ ਬਹੁਤ ਖੇਡਦਾ ਹੁੰਦਾ ਸੀਗਾ। ਜਦੋਂ ਮੈਂ ਸਪੋਰਟਸ ਪਰਸਨ ਨੂੰ ਕਿਸੇ ਨੂੰ ਦੇਖਦਾ ਸੀਗਾ ਕਿ ਇਹਨੂੰ ਸੱਟ ਲੱਗੀ ਹੋਈ ਹੈ, ਇਹਨੂੰ ਠੀਕ ਕਿੱਦਾਂ ਕਰਨਾ, ਉਹ ਇੱਕ ਮੇਰੇ ਚੋਂ, ਮਤਲਬ ਮੈਨੂੰ ਲੱਗਦਾ ਸੀ ਕਿ ਮੈਨੂੰ ਆਈ ਸ਼ੁੱਡ ਗਿਵ ਬੈਕ ਟੂ ਦ ਸੋਸਾਇਟੀ ਕੁਛ ਮੇਰੇ ਵਿੱਚ। ਆਲਦੋ ਉਹਦੇ ਵਾਸਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ, ਕੱਲੀ ਮੈਨੂੰ ਨਹੀਂ ਕਰਨੀ ਪੈਂਦੀ, ਇਨਫੈਕਟ ਸਾਰਿਆਂ ਨੂੰ ਕਰਨੀ ਪੈਂਦੀ ਹੈ। ਤਾਂ ਮੈਂ ਚਾਹੁੰਦਾ ਕਿ ਮੈਂ ਸਪੋਰਟਸ ਮੈਡੀਸਨ ਹੀ ਕਰਾਂ, ਤੇ ਲੱਕੀਲੀ ਮੈਨੂੰ ਫੈਲੋਸ਼ਿਪਸ ਵੀ ਮਿਲ ਗਈਆਂ। ਪਹਿਲਾਂ ਸਭ ਤੋਂ ਪਹਿਲਾਂ ਮੇਰੀ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਰਾਜਕੋਟ ਇੱਕ ਸਰਜਨ ਨੇ, ਉਹਨਾਂ ਨਾਲ 4 ਮਹੀਨੇ ਕੀਤੀ। ਦੈਨ ਮੈਂ ਅੰਮ੍ਰਿਤਸਰ ਇੱਥੇ ਆ ਗਿਆ, ਅਮਨਦੀਪ ਹੋਸਪਿਟਲ ਵਿੱਚ ਮੈਂ ਜੁਆਇਨ ਕੀਤਾ। ਉਸ ਤੋਂ ਬਾਅਦ ਮੈਂ ਇੱਕ ਵਾਰੀ ਆਸਟ੍ਰੇਲੀਆ ਵੀ ਰਿਹਾ, ਜਿੱਥੇ ਮੈਂ ਸਪੋਰਟਸ ਮੈਡੀਸਨ ਦਾ ਹੀ ਕੰਮ ਕੀਤਾ, ਨਾਲ ਆਰਥੋਸਕੋਪੀ ਦਾ ਕੰਮ ਕੀਤਾ। ਦੈਨ ਇੱਕ ਇੰਡੀਆ ਦੇ ਵਿੱਚ ਬਹੁਤ ਵਧੀਆ ਸੈਂਟਰ ਹੈ ਕੋਇੰਬਟੂਰ ਦੇ ਵਿੱਚ, ਡਾਕਟਰ ਡੇਵਿਡ ਰਾਜਨ ਨੇ, ਉਹਨਾਂ ਦੇ ਅੰਡਰ ਕੰਮ ਕੀਤਾ। ਦੈਟ ਵਾਜ਼ ਫਾਰ 1 ਈਅਰ। ਬੇਸਿਕਲੀ ਜੇ ਮੈਂ ਸਾਰਿਆਂ ਨੂੰ ਇੱਕ ਕੰਸੀਡਰ ਕਰਾਂ, ਆਫਟਰ ਮਾਈ ਪੋਸਟ ਗ੍ਰੈਜੂਏਸ਼ਨ, ਮੇਰੀ ਪੀਜੀ ਦੀ ਪੜ੍ਹਾਈ ਤੋਂ ਬਾਅਦ, ਇਟ ਵਾਜ਼ ਇਨ ਕੋਇੰਬਟੂਰ ਜਿੱਥੇ ਮਤਲਬ ਐਕਚੁਅਲੀ ਅਵੇਕਨਿੰਗ ਹੁੰਦੀ ਹੈ ਜਾਂ ਇਨਲਾਈਟਨਿੰਗ ਹੁੰਦੀ ਹੈ। ਆਈ ਹੈਵ ਐਨਾਲਾਈਜ਼ਡ ਕਿ ਜਿਹੜੀਆਂ ਚੀਜ਼ਾਂ ਮੈਂ ਮਿਸ ਕਰ ਰਿਹਾ ਸੀਗਾ, ਆਈ ਹੈਵ ਲਰਨਡ ਦੋਜ਼। ਦੈਟ ਇਜ਼ 1 ਥਿੰਗ। ਨਾਓ ਕਮਿੰਗ ਟੂ ਦ ਫੈਮਿਲੀ ਪਾਰਟ, ਜੇ ਦੇਖੀਏ ਮੇਰੇ ਪੇਰੈਂਟਸ ਕਪੂਰਥਲੇ ਰਹਿੰਦੇ ਨੇ ਜੀ ਹਜੇ ਵੀ, ਤੇ ਮਾਈ ਵਾਈਫ ਇਜ਼ ਅ ਡਾਕਟਰ, ਆਈ ਹੈਵ ਅ ਸਮਾਲ ਡਾਟਰ 1.5 ਈਅਰਸ ਓਲਡ। ਤੇ ਸਾਰਿਆਂ ਦਾ ਕੰਟਰੀਬਿਊਸ਼ਨ ਦੇਖੋ ਫੈਮਿਲੀ ਦੇ ਵਿੱਚ ਹੁੰਦਾ ਹੀ ਹੈ। ਜੋ ਮੈਂ ਕੁਝ ਅਚੀਵ ਕਰਨਾ ਚਾਹੁੰਦਾ, ਤੇ ਇਟਸ ਅ ਫੈਮਿਲੀ ਵਿੱਚ ਮੂਵਸ ਟੂਗੈਦਰ, ਇਟਸ ਜਸਟ ਨਾਟ ਮੀ ਕਿ ਇਕੱਲਾ ਮੈਂ ਹੀ ਕੰਮ ਕਰ ਰਿਹਾ, ਫੈਮਿਲੀ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ। ਐਂਡ ਦੈਨ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਅਮਨਦੀਪ ਹੋਸਪਿਟਲ ਦੇ ਵਿੱਚ ਆਇਆ, ਜਿਹੜੇ ਸਾਡੇ ਹੈਡ ਨੇ ਡਾਕਟਰ ਅਵਤਾਰ ਤੇ ਉਹਨਾਂ ਦੇ ਵਾਈਫ ਡਾਕਟਰ ਅਮਨਦੀਪ, ਜੇ ਮੈਂ ਆਪਣੇ ਘਰਦਿਆਂ ਨੂੰ, ਮੈਂ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਮੈਨੂੰ ਜਨਮ ਦਿੱਤਾ, ਪੜ੍ਹਾਇਆ ਲਿਖਾਇਆ ਸਭ ਕੁਝ ਕੀਤਾ, ਸੋ ਦੇ ਆਰ ਮਾਈ ਪੇਰੈਂਟਸ ਬਾਏ ਬਰਥ ਐਂਡ ਬਾਏ ਅਦਰ ਥਿੰਗਸ। ਜੇ ਮੈਂ ਪ੍ਰੋਫੈਸ਼ਨਲਿਜ਼ਮ ਦੀ ਗੱਲ ਕਰਾਂ, ਡਾਕਟਰ ਅਵਤਾਰ ਐਂਡ ਡਾਕਟਰ ਅਮਨਦੀਪ ਆਰ ਮਾਈ ਪ੍ਰੋਫੈਸ਼ਨਲ ਪੇਰੈਂਟਸ, ਕਿਉਂਕਿ ਉਹ ਬਹੁਤ ਵਧੀਆ ਗਾਈਡ ਕਰਦੇ ਨੇ ਐਂਡ ਆਲਵੇਜ਼ ਅ ਸਪੋਰਟ। ਜੇ ਇੱਕ ਤੁਹਾਡੇ ਦੇ ਸਪੋਰਟ ਹੋਵੇ ਪਲੱਸ ਫੈਮਿਲੀ ਸਪੋਰਟ, ਜਿਹੜੀ ਸਭ ਤੋਂ ਇੰਪੋਰਟੈਂਟ ਹੈ, ਜਿਹੜੀ ਮਿਲਦੀ ਰਹਿੰਦੀ ਹੈ, ਆਈ ਐਮ ਲੱਕੀ ਇਨ ਅ ਵੇ। ਐਂਡ ਦੈਨ ਕਮਸ ਮਾਈ ਪੇਸ਼ੈਂਟਸ, ਸਭ ਤੋਂ ਜ਼ਿਆਦਾ ਜ਼ਰੂਰੀ ਹੋਈ ਹੈ, ਕਿਉਂਕਿ ਟਰੱਸਟ, ਇੱਕ ਡਾਕਟਰ ਦੇ ਉੱਤੇ ਟਰੱਸਟ ਹੋਣਾ ਹੀ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਅੱਧੀ ਟ੍ਰੀਟਮੈਂਟ ਉਹ ਹੀ ਤੁਹਾਡੀ ਸਕਸੈਸ ਹੋ ਜਾਂਦਾ। ਲਾਈਕ ਯੂ ਸੈਡ ਕਿ ਤੁਹਾਡੇ ਨਾਲ ਐਕਸਪੀਰੀਅੰਸ ਤੁਹਾਡਾ ਵਧੀਆ ਸੀਗਾ, ਆਈ ਐਮ ਹੈਪੀ, ਆਈ ਵਾਜ਼ ਏਬਲ ਟੂ ਫੁਲਫਿਲ ਯੋਰ ਵਟ ਐਵਰ ਨੀਡਸ ਯੂ ਵਾਂਟਡ। ਇੱਥੇ ਮੈਂ ਐਡ ਕਰਨਾ ਚਾਹੁੰਦੀ ਕਿ ਮੈਂ ਆਪਣੀ ਆਡੀਅੰਸ ਨੂੰ ਵੀ ਨਾਲ ਲੈ ਕੇ ਤੁਹਾਨੂੰ ਕੁਐਸਚਨ ਕਰਨਾ ਚਾਹੁੰਦੀ। ਅੱਛਾ, ਮੇਰੇ ਜਦੋਂ ਬ੍ਰਦਰ ਦਾ ਸਰਜਰੀ ਹੋਣੀ ਸੀ ਨਾ, ਤੇ ਉਹ ਸਰਜਰੀ ਇੱਕ ਇਹੋ ਜਿਹੀ ਚੀਜ਼ ਹੈ ਜਿਸ ਚ ਬੰਦਾ ਸੋਚਦਾ ਕਿ ਬਹੁਤ ਹੀ ਏਜਡ ਵੱਡੀ ਉਮਰ ਦਾ ਇੱਕ ਡਾਕਟਰ ਹੋਏਗਾ ਜਿਹਨੂੰ ਬੜਾ ਐਕਸਪੀਰੀਅੰਸ ਹੋਏਗਾ, ਉਹ ਸਰਜਰੀ ਕਰੇਗਾ। ਅੱਛਾ, ਵੈਨ ਆਈ ਸੋ ਯੂ, ਤੇ ਮੈਨੂੰ ਲੱਗਾ ਕਿ ਇੰਨਾ ਯੰਗ ਡਾਕਟਰ ਜਿਹੜਾ ਉਹ ਸਰਜਰੀ ਕਰ ਰਿਹਾ। ਮੈਂ ਇਹੀ ਪੁੱਛਣਾ ਚਾਹੁੰਦੀ ਕਿ ਸਰਜਰੀ ਤੁਸੀਂ ਕਰ ਰਹੇ ਹੋ ਐਂਡ ਡੇਲੀ ਯੂ ਡੂ ਰਾਈਟ, ਸੋ ਇਜ਼ ਇਟ ਕਿ ਯੂ ਆਰ ਅ ਵੈਰੀ ਬ੍ਰਾਈਟ ਪਰਸਨ ਤੇ ਇੱਥੋਂ ਤੱਕ ਛੇਤੀ ਛੇਤੀ ਪਹੁੰਚ ਗਈ ਸੀ? 1 ਥਿੰਗ ਇਜ਼ ਲੱਕ, ਇੱਕ ਵਰਕਿੰਗ ਹਾਰਡ ਐਂਡ ਦੈਨ ਵਰਕਿੰਗ ਸਮਾਰਟ। ਵਰਕਿੰਗ ਹਾਰਡ ਆਪਣੇ ਹੱਥ 'ਚ ਹੀ ਹੈ ਤੇ ਵਰਕਿੰਗ ਸਮਾਰਟ ਵੀ ਆਪਣੇ ਹੱਥ 'ਚ ਹੈ। ਲੱਕ ਆਪਣੇ ਹੱਥ 'ਚ ਨਹੀਂ, ਉਹ ਤਾਂ ਰੱਬ ਨੇ ਜੋ ਬਣਾ ਕੇ ਦਿੱਤਾ ਆਪਾਂ ਨੂੰ, ਆਪਾਂ ਉਹਦੇ 'ਤੇ ਹੀ ਹਾਂ, ਠੀਕ ਹੈ। ਬਟ ਲੱਕ ਫੇਵਰਸ ਦੋਜ਼ ਹੂ ਵਰਕ ਹਾਰਡ ਐਂਡ ਵਰਕ ਸਮਾਰਟ। ਸੋ
दिस इज ऑल बाय गॉड, मेरा कुछ अपना नहीं है, रब में तो करा रहा है बेसिकली जो भी मैं कर रहा हूँ, वट एवर गुड रिजल्ट आर कमिंग दैट इज ओनली बिकॉज मैं कर रहा हूँ, जो माड़े रिजल्ट है वो भी रब दिते हुए ने, मेरा कुछ है नहीं है। सो कह सकते कि यू आर वन पैशनेट डॉक्टर, राइट? यस, आई हैव पैशन अबाउट माई फील्ड स्पेशली नाउ। जी, ऑडियंस में दसना चाहनी कि स्पेशली डॉक्टर इंद्रदीप सिंह नु आज लियांदा अपने एपिसोड दे विच, बिकॉज वी वॉन्ट टू डिस्कस स्पोर्ट्स इंजरी। बहुत सारे बॉयज गर्ल्स इस चीज फेस करते हैं एंड ही स्पेशलाइज्ड इन दिस। इन्हें इतने बुलाना मैं बड़ा इंपोर्टेंट जिहड़ा अज लगा है। सो केड़े-केड़े तरह के स्पोर्ट्स परसन होंगे? जे आप स्पोर्ट्स परसन कैटेगराइज करिए एक्चुअली जो देखिए तो एक तो होंगे प्रोफेशनल्स जिन्हों के मतलब आमदन का साधन ही स्पोर्ट्स है, जो कोई कोई भी गेम खेलनी है। जो आप इंटरनेशनल लैवल से देख लीजिए, अजकल तो आईपीएल चलता पे, क्रिकेटर्स जो वाउच करते हैं कि सू आईपीएल एक बार एंट्री मिल जाए साड़ी जिंदगी सैट है, क्योंकि उन्होंने इनकम ही बहुत ज्यादा उतों। सो दे आर प्रोफेशनल प्लेयर्स, उन्होंने वास्ते एक दिन भी अपनी गेम का जाया होना मतलब दे आर आउट ऑफ प्रोफेशन, उन्होंने आमदन का ही साधन गया। दैन कम्स रिक्रिएशनल। रिक्रिएशनल होंगे कि जो रिक्रिएशन वास्ते एज अ टर्म से जो किसी ने सैटरडे में खेलना या संडे में, जिंदा कोई इंपलॉइज है जो अपने आप नू फिट रखना चाहते ने, एक कहता फिटनेस फ्रीक्स भी होंगे ने जो रोज जिम जाते ने, सो दे आर स्पोर्ट्स परसन। एंड ऑन टॉप ऑफ दैट सब तो उत्ते मैं तो यह कंसिडर करना कि एवरी वन इन इंडिया इज अ स्पोर्ट्समैन, क्योंकि आप अपनी लाइफ बहुत फास्ट हो गई है। जो आप कंसिडर करिए, आप चाहते अभी भज के उत्थे पहुंच जाइए, भज के अभी बस फड़ लीए, भज के असी उत्थे चल जाइए। सो जो अपने काम है जो जिंदगी अजकल काम चल रहे हैं, दैट इज इक्वलेंट टू अ स्पोर्ट्समैन। ऑल्दो दैट इज नॉट अर्निंग अस एनीथिंग, बट सानू असी सारी चीजा फटाफट करना चाहते हैं, डिसेबिलिटी साड़ी सानू तरक्की करने तो रोके ना। एक होर कैटेगरी है जेडे वेटरन स्पोर्ट्स परसन होंगे ने, जेडे कई अपने आप शुरू तो कर रहे होंगे ने फिटनेस का काम, ते बाद विच आउंदे ने कि यार हुण मैं अपने आप नू फिट रखना। सो एक कैटेगरी वह भी है जेडे थोड़े एजड ने, पर उन्हां दी प्रोपर टेक्नीक नाल ते प्रोपर तरीके नाल उन्हां नू अपनी एक्सरसाइजेस करनी चाहिए। सो वह भी एक स्पोर्ट्स मेडिसिन दे अंडर ही आउंदा, सो दैट वी कैन गाइड दैम कि तुसीं किस तरीके नाल करना है ताकि तुहाडे इंजरी ना होवे, क्योंकि विद एज अपने जो टिश्यूज है जरूर फ्रेजाइल हो जाते हैं, बोले हो जाते हैं, टुट सकते हैं। सो उन्होंने बचाने वास्ते दे कैन ऑलवेज टेक गाइडेंस फ्रॉम अस। सो राइट, असी कुछ मिथ्स की गल करांगे कि बहुत सारे चीजा होंदिया ने जेड़िया लगदिया कि मैं ठीक हाँ पर मैं ठीक नहीं हाँ, तो उस विच की हुंदा कि असी केयरलेसनेस करके अपना होर ज्यादा नुकसान करवा लैने। सो इदां दीआं केड़ीआं चीजां स्पोर्ट्स परसन दी लाइफ च कि जेड़िया उहदी केयरलेसनेस करके उहनूं लॉन्ग टर्म च नुकसान फिर करदीआं? मिथ्स बहुत ज्यादा है, बहुत ज्यादा है। एक्चुअली मेडिकल फील्ड ना रिलेटेड ही बहुत वधिया मिथ्स हैगियां, कल्ली एक स्पोर्ट्स नू देखिए तां नहीं, बट बहुत ज्यादा जिन्ना मैं कहना चाहना कि मेनू की होया, कईआं दी विल पावर इन्नी स्ट्रांग हुंदी कि मेनू की होया, बट वो धक्का कर लेंदा कहिंदा चलो चला लो कोई गल नहीं चली जांदा। प्लस कदे वो किसी नाल डिस्कस करदा है जिहड़ा नॉन मेडिकल हुंदा है, जां किसी दी सुनी हुंदी है कि फलाने दी सर्जरी होई सी सही नहीं होया, ना करो भाई डॉक्टर कोल ना जाओ, ते डॉक्टर कोल गए ते उन्हें तो तुहानू वढ देना, कीड़ा मार देना, सर्जरी कर देनी है। बट कई चीजा होंगे जिन्हों ट्रीटमेंट सर्जरी नहीं होंगी, सर्जरी ऑल्दो मैं सर्जन बट मैं भी कई चीजा असं कहने की नहीं भाई सर्जरी नहीं होनी चाहिए, इलाज होर कुछ है, दवाइया है या एक्सरसाइजेज है। सो एक तो किसी भी चीज का पहला प्रोपर डायग्नोज होना चाहिए, क्योंकि वो मिथ्स इसे करके मानी क्योंकि डायग्नोजिंग प्रोपर होया होंगे, बंदे एवं तुरे फिरते हैं कोई कह देता जी फलाना टेस्ट करा लो, फलाना टेस्ट करा लो, फलाना करा लो, जो पेशेंट होंगे कन्फ्यूज हो जाता है, वह एक ही कारण है क्योंकि वो अन्नी प्रॉब्लम च होंगे ते ओ फिर इधर उधर धक्के खांदा रहिंदा है। जिन्ने मर्जी वधिया टेक्निकली होए, जिन्ने मर्जी वधिया तरीके नाल सर्जरी कीती होए, वी हैव लॉस्ट वन ईयर ऑफ दैट टाइम, जिहड़ा गोल्डन पीरियड कह लईए, उहनां साडे रिजल्ट्स वी मैटर होंदे ने। जी जी, ऑल द पेशेंट ठीक हो जाते हैं, दैट इज विद गॉड्स ग्रेस, क्योंकि नेचर इज अ बेस्ट हीलर। एक जड़ा बहुत इंपॉर्टेंट मिथ है, कई कहते हैं मैं कड़ा स्पोर्ट्समैन हाँ, मैनू की लोड़ ही नहीं हैगी। सो जिंदा मैं कैटेगराइज इस करके पहला करना चाहता है कि स्पोर्ट्समैन सारे जने स्पोर्ट्समैन हैं, मैं भी चाहता कि मैं भज के कर ला, तो मैनू भी ऑलमोस्ट सिमिलर नीड्स चाहिए, इस करके अपना इलाज जरूर करवाना चाहिए। इलाज तो मतलब यह नहीं कि सर्जरी ही होनी है, कंजरवेटिव ट्रीटमेंट भी होंगे, कंजरवेटिव मतलब जा मेडिसिन्स जा एक्सरसाइजेस जा कुछ फिजिकल थेरेपी होंगी है प्रॉपर तरीके नाल।
ਜਦੋਂ ਬਹੁਤ ਸਾਰੇ ਸਪੋਰਟਸ ਇੰਜਰੀ ਵਾਲੇ ਤੁਹਾਡੇ ਕੋਲ ਆਉਂਦੇ ਤੇ ਕਾਮਨ ਸਪੋਰਟਸ ਕਿਹੜੀ ਜਿਹ ਚ ਇੰਜਰੀ ਜ਼ਿਆਦਾ ਹੁੰਦੀ ਕਾਮਨ ਸਪੋਰਟਸ ਹਾਂ ਕਿ ਸਾਰਿਆਂ ਚ ਹੀ ਹੁੰਦੀ ਹੈ ਸਾਰਿਆਂ ਚ ਹੀ ਹੁੰਦੀ ਹੈ ਸਪੋਰਟਸ ਇੰਜਰੀ ਦਾ ਸਟੈਪ ਤੋਂ ਖੇਲਦੇ ਹੋਏ ਲੱਗ ਜਾਂਦੀ ਹੈ ਠੀਕ ਹੈ ਓਕੇ ਸੋ ਕਾਮਨ ਸਪੋਰਟਸ ਇੰਜਰੀਜ਼ ਹੈਗੀਆਂ ਕਿਹੜੀਆਂ ਮਤਲਬ ਮੋਰ ਆਫ ਇਟ ਇਨ ਨੀ ਔਰ ਇਨ ਦ ਐਂਕਲ ਸੋ ਜਿਹੜੀ ਆਪਣੀ ਐਕਸਟ੍ਰੀਮਿਟੀ ਹੈ ਬੇਸਿਕਲੀ ਨੀ ਦੇ ਵਿੱਚ ਬਹੁਤ ਕਾਮਨ ਹੈ ਜਾਂ ਕਾਮਨ ਇਸ ਕਰਕੇ ਮੈਂ ਉਹਨੂੰ ਕਹਿ ਰਿਹਾ ਕਿਉਂਕਿ ਉਹ ਅਵੇਅਰਨੈਸ ਜ਼ਿਆਦਾ ਹੈ ਉਹਦੀ ਓਕੇ ਸੋ ਈਵਨ ਹੁਣ ਅੱਜ ਕੱਲ ਕਾਫੀ ਅਵੇਅਰਨੈਸ ਹੋ ਗਈ ਹੈ ਲੋਕਾਂ ਨੂੰ ਪਤਾ ਲੱਗ ਗਿਆ ਈਵਨ ਕਿਉਂਕਿ ਜਦੋਂ ਮੈਂ ਆਰਥੋਪੈਡਿਕਸ ਕਰਦਾ ਸੀ ਮੈਨੂੰ ਵੀ ਨਹੀਂ ਪਤਾ ਹੁੰਦਾ ਸੀਗਾ ਸਾਨੂੰ ਆਪਣੀ ਫੈਲੋਸ਼ਿਪ ਚ ਹੀ ਪਤਾ ਲੱਗਣ ਲੱਗਿਆ ਕਿ ਇਹ ਵੀ ਚੀਜ਼ਾਂ ਹੈਗੀਆਂ ਬੇਸਿਕਲੀ ਤੁਸੀਂ ਟ੍ਰੇਨ ਹੀ ਹੁੰਦਾ ਹੋ ਜਾਂਦੇ ਤੁਸੀਂ ਉਸ ਚੀਜ਼ ਨੂੰ ਫੜ ਲੈਂਦੇ ਹੋ ਜਿੱਦਾਂ ਮੈਂ ਪਹਿਲਾਂ ਕਹਿ ਰਿਹਾ ਸੀ ਯੂਅਰ ਆਈ ਸੀਜ਼ ਵਟ ਯੂਅਰ ਮਾਈਂਡ ਨੋਜ਼ ਜਦ ਤੁਹਾਡੇ ਦਿਮਾਗ ਨੂੰ ਪਤਾ ਕਿ ਹਾਂ ਚੀਜ਼ ਇਹ ਹੋ ਸਕਦੀ ਹੈ ਸੋ ਦੈਨ ਤੁਸੀਂ ਉਸ ਚੀਜ਼ ਨੂੰ ਫੜ ਲੈਂਦੇ ਹੋ ਫਟਾਫਟ ਕਿ ਆਹੀ ਪ੍ਰੋਬਲਮ ਹੈ ਤੇ ਇਹਨੂੰ ਟ੍ਰੀਟ ਕਰ ਲੈਂਦੇ ਹੋ ਸੋ ਨੀ ਇਜ਼ ਕਾਮਨ ਸ਼ੋਲਡਰ ਇਜ਼ ਵੈਰੀ ਕਾਮਨ ਮੇਰੇ ਆਪਣੀ ਮਦਰ ਦੇ ਸ਼ੋਲਡਰ ਇੰਜਰੀ ਹੋ ਗਈ ਸੀਗੀ ਸ਼ੀ ਹੈਡ ਅ ਫਾਲ ਤੇ ਉਹਨਾਂ ਨੂੰ ਮੈਂ ਹੀ ਲੱਕੀਲੀ ਮੈਂ ਕਰ ਪਾਇਆ ਮੇਰੇ ਸਰਜਰੀ ਐਂਡ ਸ਼ੀ ਇਜ਼ ਡੂਇੰਗ ਗੁੱਡ ਦੈਨ ਨੀ ਸ਼ੋਲਡਰ ਐਂਕਲ ਐਲਬੋ ਇੱਕ ਪ੍ਰੋਫੈਸ਼ਨਲ ਜਿਹੜੇ ਕੋਈ ਵੇਟ ਲਿਫਟਰਸ ਹੁੰਦੇ ਨੇ ਜਾਂ ਪ੍ਰੋਫੈਸ਼ਨਲ ਬਾਡੀ ਬਿਲਡਰਸ ਹੁੰਦੇ ਨੇ ਉਹਨਾਂ ਵਿੱਚ ਐਲਬੋ ਦੀਆਂ ਪ੍ਰੋਬਲਮਸ ਬਹੁਤ ਕਾਮਨ ਹੈ ਸੋ ਸਾਰਿਆਂ ਦਾ ਟ੍ਰੀਟਮੈਂਟ ਹੈਗਾ ਹੀ ਹੈ ਬਿਲਕੁਲ ਹੈਗਾ ਬਹੁਤ ਵਾਰ ਜਿੱਦਾਂ ਮੈਂ ਮਨਜੋਤ ਦੀ ਗੱਲ ਕਰਾਂ ਆਪਣੇ ਬ੍ਰਦਰ ਦੀ ਹੈ ਨਾ ਪਤਾ ਹੀ ਨੀ ਲੱਗਦਾ ਕਿ ਕਿੰਨੀ ਸੱਟ ਲੱਗੀ ਆ ਅੱਧੇ ਜਾਣੇ ਘਰ ਦੇ ਕਹੀ ਜਾਣਗੇ ਕਿ ਥੋੜਾ ਰੈਸਟ ਕਰ ਲਓ ਕੋਈ ਕਹੇਗਾ ਇਹ ਵਾਲਾ ਤੇਲ ਮੰਨ ਲਓ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਠੀਕ ਹੋ ਵੀ ਚਾਹੀਦਾ ਰਾਈਟ ਸੋ ਹਾਊ ਵਨ ਕੈਨ ਜੱਜ ਇੱਕ ਜਿਹਨੂੰ ਚੋਟ ਲੱਗ ਗਈ ਸਪੋਜ਼ ਉਹਦੇ ਬਾਲ ਵੱਜ ਗਈ ਨੀ ਤੇ ਜਾਂ ਕਿਸੇ ਵੀ ਤਰ੍ਹਾਂ ਚੋਟ ਉਹਨੂੰ ਡੈਪਥ ਕਿੱਦਾਂ ਉਹ ਅਨੈਲਿਸਿਸ ਕਰੇ ਕਿ ਕਿੰਨੀ ਕੁ ਮੈਨੂੰ ਲੱਗੀ ਹੈ ਆਪਣੇ ਆਪ ਕਰਨਾ ਤਾਂ ਕਿਸੇ ਵੀ ਨੋਨ ਮੈਡੀਕਲ ਜਾਂ ਅਨਟ੍ਰੇਨਡ ਉਹਦੇ ਵਾਸਤੇ ਔਖਾ ਹੋਊਗਾ ਬਟ ਇਨੀਸ਼ਲੀ ਸਪੋਜ਼ ਕਰ ਲਓ ਆਪਣੇ ਔਨ ਫੀਲਡ ਸੱਟ ਲੱਗਦੀ ਹੈ ਕੋਈ ਵੀ ਦ ਫਸਟ ਥਿੰਗ ਟੂ ਬੀ ਡਨ ਇਜ਼ ਉਹਦੇ ਆਈਸ ਪੈਕਸ ਅਪਲਾਈ ਕਰਨੇ ਨੇ ਆਈਸ ਐਪਲੀਕੇਸ਼ਨ ਕਰਨੀ ਹੈ ਦੈਟ ਇਜ਼ ਦ ਫਸਟ ਏਡ ਕਿ ਉਹਨੂੰ ਥੋੜਾ ਰੈਸਟ ਦੇ ਲਓ ਆਈਸ ਐਪਲੀਕੇਸ਼ਨ ਦੇ ਦਿਓ ਤਾਂ ਕਿ ਸਵੈਲਿੰਗ ਨਾ ਹੋਵੇ ਕਈ ਵਾਰ ਅਸੀਂ ਦੇਖਦੇ ਹਾਂ ਕਿ ਅਸੀਂ ਉਹਨੂੰ ਗਰਮ ਪਾਣੀ ਦਾ ਸੇਕ ਦੇਤਾ ਉਹ ਨਹੀਂ ਕਰਨਾ ਇਮੀਡੀਏਟਲੀ ਨਹੀਂ ਕਰਨਾ ਜੇ ਕੋਈ ਓਪਨ ਵੂੰਡ ਹੈ ਉਹ ਤਾਂ ਤੁਹਾਨੂੰ ਡਾਕਟਰ ਕੋਲ ਜਾਣਾ ਹੀ ਪੈਣਾ ਹਸਪਤਾਲ ਜਾਣਾ ਪੈਣਾ ਜਿਹਦੇ ਚ ਕੋਈ ਬਾਹਰ ਜ਼ਖਮ ਨਹੀਂ ਹੈਗਾ ਉਹਦੇ ਵਿੱਚ ਤੁਸੀਂ ਇੱਕ ਤਾਂ ਆਈਸ ਐਪਲੀਕੇਸ਼ਨ ਕਰ ਲਓ ਵੱਧ ਤੋਂ ਵੱਧ ਕਰੇਬ ਬੈਂਡੇਜ ਕਰ ਲਓ ਤੇ ਉਸ ਪਾਰਟ ਨੂੰ ਇਮੋਬਿਲਾਈਜ਼ ਕਰ ਲਓ ਸੋ ਇੱਕ ਤਾਂ ਉੱਥੋਂ ਜੱਜ ਹੋ ਜਾਂਦਾ ਹੈ ਕੀ ਹੈ ਕਈ ਵਾਰ ਇੱਕ ਅੱਧਾ ਦਿਨ ਪੇਸ਼ੈਂਟ ਠੀਕ ਹੁੰਦਾ ਸੋ ਆਪਣੇ ਆਪ ਸਵੇਰਿਟੀ ਉਹਦੀ ਘੱਟ ਜਾਂਦੀ ਹੈ ਪਰ ਕਈ ਵਾਰ ਉਹ ਬਾਰ ਬਾਰ ਚੀਜ਼ਾਂ ਹੋਣ ਲੱਗ ਜਾਂਦੀਆਂ ਕਾਮਨਲੀ ਨੀਂਦ ਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਵੀ ਬੰਦਾ ਜੰਪ ਕਰਕੇ ਲੈਂਡ ਕੀਤਾ ਉਹਦੀ ਗੋਡਾ ਟਵਿਸਟ ਹੋ ਗਿਆ ਇੱਕ ਵਾਰੀ ਹੋ ਗਿਆ ਉਹਨੇ ਥੋੜਾ ਰੈਸਟ ਕਰ ਲਿਆ ਉਹਦੀ ਪੇਨ ਵੀ ਘੱਟ ਗਈ ਸਭ ਕੁਛ ਘੱਟ ਗਿਆ 10 ਦਿਨ ਬਾਅਦ ਉਹਨੇ ਫੇਰ ਟਰਾਈ ਕੀਤਾ ਜੇ ਉਹਦੇ ਨਾਲ ਸੇਮ ਐਪੀਸੋਡ ਫੇਰ ਹੋਵੇ ਫਿਰ ਉਹਨੂੰ ਡਿਲੇ ਨਹੀਂ ਕਰਨਾ ਚਾਹੀਦਾ ਤੇ ਪ੍ਰੋਪਰ ਡਾਕਟਰ ਕੋਲ ਜਾਣਾ ਚਾਹੀਦਾ ਆਰਥੋਪੀਡੀਸ਼ੀਅਨ ਕੋਲ ਜਾਣਾ ਚਾਹੀਦਾ ਜਿਹਦੀ ਕੁਛ ਐਕਿਊਮੈਨ ਹੋਵੇ ਸਪੋਰਟਸ ਮੈਡੀਸਿਨ ਦੇ ਵਿੱਚ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕਈ ਲੋਕਾਂ ਦੀ ਟ੍ਰੇਨਿੰਗ ਨਹੀਂ ਹੁੰਦੀ ਜੇ ਮੈਨੂੰ ਕੋਈ ਸਪਾਈਨ ਦਾ ਪੇਸ਼ੈਂਟ ਆ ਜਾਵੇ ਮੇਰੀ ਉਹਦੀ ਟ੍ਰੇਨਿੰਗ ਨਹੀਂ ਹੈਗੀ ਸੋ ਆਈ ਵਿਲ ਰੈਫਰ ਦੈਮ ਕਿ ਫਲਾਣੇ ਬੰਦੇ ਕੋਲ ਚਲ ਜਾਓ ਜਿਹੜਾ ਤੁਹਾਨੂੰ ਬੈਟਰ ਡੀਲ ਕਰੇਗਾ ਸੋ ਸਿਮਿਲਰਲੀ ਇੰਨਾ ਹੀ ਅੱਜ ਕੱਲ੍ਹ ਤਾਂ ਗੂਗਲ ਤੇ ਆਰਾਮ ਨਾਲ ਸਭ ਕੁਛ ਅਵੇਲੇਬਲ ਹੈ ਤੁਸੀਂ ਕਿਹਦੇ ਕੋਲ ਜਾਣਾ ਜਿੱਥੇ ਵੀ ਹੋ ਤੁਸੀਂ ਕੈਨ ਜਸਟ ਸਰਚ ਇਨ ਕਿ ਤੁਹਾਨੂੰ ਕਿਹਦੇ ਕੋਲ ਜਾਣਾ ਕਿਹਦੇ ਕੋਲ ਜਾਣਾ ਚਾਹੀਦਾ ਤੇ ਪਲੱਸ ਗੂਗਲ ਤੋਂ ਮੈਨੂੰ ਗੱਲ ਯਾਦ ਆ ਗਈ ਕਿ ਉਹਨੂੰ ਆਪਣੀ ਜਿਹੜੀ ਇੰਜਰੀ ਡੈਥ ਹੈ ਸਿਰਫ ਗੂਗਲ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਉਹਨੂੰ ਬੜੇ ਸ਼ੁੱਡ ਬੀ ਟੇਕਨ ਵਿਦ ਪਿੰਚ ਆਫ ਸਾਲਟ ਕਿ ਉਹ ਕਿੰਨਾ ਕਿੰਨੀ ਕੁ ਉਹਦੀ ਇੰਜਰੀ ਹੈ ਤੇ ਉਹਦਾ ਕੀ ਕੁਛ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਗੂਗਲ ਦੀਆਂ ਨੋਨ ਅਥੈਂਟੀਕੇਟਡ ਇਨਫੋਰਮੇਸ਼ਨ ਹੁੰਦੀਆਂ ਉਹ ਤੁਹਾਨੂੰ ਬਹੁਤ ਕਨਫਿਊਜ਼ ਕਰ ਦਿੰਦੀਆਂ ਐਂਡ ਯੂ ਲੈਂਡ ਅਪ ਵਿਦ ਸਮ ਕੋਈ ਮਾਲਸ਼ੀਆ ਜਿਵੇਂ ਗੂਗਲ ਦਾ ਨਾ ਇੱਕ ਆਰਟੀਕਲ ਕਹਿ ਰਿਹਾ ਹੋਏਗਾ ਕਿ ਤੁਸੀਂ ਰਾਈਸ ਖਾ ਲਓ ਤੇ ਇੱਕ ਆਰਟੀਕਲ ਕਹਿ ਰਹੇ ਹੋਗੇ ਤੁਸੀਂ ਨਾ ਖਾਓ ਸੋ ਇਟਸ ਲਾਈਕ ਕਿ ਉਸ ਉਹਨਾਂ ਨੇ ਆਰਟੀਕਲ ਦੇ ਹਿਸਾਬ ਨਾਲ ਜਿਹੜਾ ਲਿਖਿਆ ਹੁੰਦਾ ਤੇ ਉਹ ਤੁਹਾਡੇ ਕੀਵਰਡ ਤੇ ਡਿਪੈਂਡ ਕਰਦਾ ਤੁਸੀਂ ਕੀ ਉਹਨੂੰ ਸਰਚ ਇੰਜਨ ਚ ਕੀ ਪਾਇਆ ਸੋ ਸਪੋਰਟਸ ਜਿਹੜੇ ਲੋਕ ਖੇਡਦੇ ਨੇ ਜਾਂ ਜਿਹਨਾਂ ਦੀ ਇੰਜਰੀ ਹੋ ਜਾਂਦੀ ਇਹਦੇ ਤੇ ਮੈਂ ਚਾਹਨੀ ਤੁਸੀਂ ਥੋੜਾ ਹੋਰ ਆਪਣੇ ਵਿਚਾਰ ਦਿਓ ਕਿ ਡਿਲੇ ਕਰਕੇ ਜਿਹੜਾ ਆਪਣਾ ਹੋਰ ਨੁਕਸਾਨ ਕਰ ਲੈਂਦੇ ਨੇ ਰਾਈਟ ਸੋ ਕਿਉਂਕਿ ਪੰਜਾਬੀਆਂ ਦੀ ਨਾ ਸਹਿਣ ਸ਼ਕਤੀ ਬੜੀ ਆ ਖਾਸ ਕਰਕੇ ਜਦੋਂ ਯੰਗ ਏਜ ਹੁੰਦੇ ਨਾ ਤੇ ਉਹ ਸਹਿ ਲੈਂਦੇ ਇੰਨਾ ਦਰਦ ਸੋ ਕੀ ਇੰਨਾ ਦਰਦ ਸਹਿਣਾ ਤੇ ਵੇਟ ਕਰਨਾ ਇਜ਼ ਰਾਈਟ ਨੋਟ ਆਲਵੇਸ ਹਰ ਇੱਕ ਵਾਰ ਨਹੀਂ ਕਿਉਂਕਿ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਜਿੰਨਾ ਆਪਾਂ ਡਿਲੇ ਕਰਦੇ ਹਾਂ ਉਹਨਾਂ ਆਪਾਂ ਆਪਣੀ ਮਸਲ ਦੀ ਸਟਰੈਂਥ ਲੂਜ਼ ਕਰਦੇ ਹਾਂ ਕਈ ਕੰਡੀਸ਼ਨ ਹੁੰਦੀਆਂ ਜਿਹਨਾਂ ਵਿੱਚ ਅਸੀਂ ਵੀ ਚਾਹੁੰਦੇ ਕਿ ਵੇਟ ਕੀਤਾ ਜਾਵੇ ਪਰ ਵਿਦ ਅ ਪ੍ਰੋਪਰ ਸਾਇੰਟਿਫਿਕ ਵੇ ਕਈਆਂ ਚ ਹੁੰਦਾ ਕਿ ਨਹੀਂ ਵੇਟ ਕਰਨਾ ਚਾਹੀਦਾ ਕਿਉਂਕਿ ਸਾਡੇ ਰਿਜ਼ਲਟ ਬਹੁਤ ਮੈਟਰ ਕਰਦੇ ਨੇ ਉਹਦੇ ਵਿੱਚ ਤੇ ਵਾਂਸ ਡਨ ਲੇਟ ਕੋਈ ਵੀ ਟ੍ਰੀਟਮੈਂਟ ਜਿਹੜਾ ਲੇਟ ਸਟਾਰਟ ਹੁੰਦਾ ਯੂ ਲੂਜ਼ ਔਨ ਦਾ ਟਾਈਮ ਮੈਂ ਅੱਜ ਕਹਿੰਦਾ ਕਿ ਆਪਣੀ ਫਾਸਟ ਪੇਸ ਲਾਈਫ ਹੈ ਆਪਾਂ ਬਹੁਤ ਛੇਤੀ ਛੇਤੀ ਸਭ ਕੁਛ ਹੋਣਾ ਚਾਹੁੰਦਾ ਬਟ ਜਿਹੜੀ ਹੀਲਿੰਗ ਆ ਉਹਨੂੰ ਟਾਈਮ ਤਾਂ ਲੱਗਣਾ ਹੀ ਲੱਗਣਾ ਸੋ ਵਾਂਸ ਸ਼ੁਡ ਐਕਸੈਪਟ ਦੈਟ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਯੰਗ ਬੰਦੇ ਨੇ ਉਹਨਾਂ ਨੂੰ ਬਹੁਤ ਲੱਗਦਾ ਹੈ ਕਿ ਮੈਂ ਤਾਂ ਠੀਕ ਮੈਨੂੰ ਕੀ ਹੋਇਆ ਬਹੁਤ ਇੱਕ ਗਲਤ ਜੀ ਧਾਰਨਾ ਹੈ ਜੇ ਉਹਨਾਂ ਦਾ ਡਰ ਇੱਕ ਸਭ ਤੋਂ ਵੱਡਾ ਹੀ ਹੁੰਦਾ ਕਿ ਅਸੀਂ ਡਾਕਟਰ ਕੋਲ ਗਏ ਤੇ ਅਸੀਂ ਬਸ
ਸਾਡੀ ਅਗਲਾ ਕੰਮ ਇਹਨਾਂ ਨੇ ਕਹਿਣਾ ਸਰਜਰੀ ਉਹਨਾਂ ਨੂੰ ਪਤਾ ਨਹੀਂ ਨਾ ਕਿ ਡਾਕਟਰ ਇੰਦਰਦੀਪ ਵਰਗੇ ਹੈਗੇ ਡਾਕਟਰ ਦੋਜ਼ ਹੂ ਕਾਉਂਸਲ ਫਸਟ ਸੋ ਉਹੀ ਕਿ ਮੈਨੂੰ ਵਧੀਆ ਹੀ ਬੜਾ ਲੱਗਾ ਕਿ ਯੂ ਕਾਉਂਸਲਡ ਸੋ ਵੈਲ ਟੂ ਮਨਜੋਤ ਸਹੀ ਸਟੇਜ ਤੇ ਉਹ ਆ ਗਿਆ ਤੇ ਤੁਹਾਨੂੰ ਕੀ ਲੱਗਦਾ ਕਿ ਉਹ ਕਿਹੜਾ ਟਾਈਮ ਆ ਕਿ ਜਦੋਂ ਤੁਹਾਡੇ ਖੁਦ ਵੀ ਕਈ ਵਾਰ ਇੰਜਰੀ ਹੋਈ ਹੋਏਗੀ ਹੈ ਤੁਸੀਂ ਵੀ ਸਪੋਰਟਸ ਪਰਸਨ ਰਹੇ ਹੋ ਕਿ ਕਦੋਂ ਉਹ ਟਾਈਮ ਆ ਕਿ ਜਦੋਂ ਡਾਕਟਰ ਕੋਲ ਹੀ ਜਾਣਾ ਚਾਹੀਦਾ ਆਈ ਥਿੰਕ ਅੱਜ ਕੱਲ੍ਹ ਤਾਂ ਬਹੁਤ ਈਜ਼ੀਲੀ ਐਕਸੈਸੇਬਲ ਨੇ ਡਾਕਟਰਸ ਤੇ ਇੰਡੀਆ ਦੇ ਵਿੱਚ ਖਾਸ ਕਰਕੇ ਅਬਰੋਡ ਨਹੀਂ ਹੈਗਾ ਇਹ ਕੰਮ ਵੈਸਟਰਨ ਕੰਟਰੀ ਚ ਮੈਂ ਦੇਖਦਾ ਕਈ ਵਾਰ ਮਰੀਜ਼ਾਂ ਨੂੰ 6-6 ਮਹੀਨੇ ਵੇਟ ਕਰਨਾ ਪੈਂਦਾ ਸਪੈਸ਼ਲਿਸਟ ਨੂੰ ਦੇਖਣ ਵਾਸਤੇ ਇੰਡੀਆ ਦੇ ਵਿੱਚ ਤਾਂ ਅਸੀਂ ਕਿਸੇ ਵੀ ਸਪੈਸ਼ਲਿਟੀ ਵਾਲੇ ਬੰਦੇ ਕੋਲ ਵਾਕ ਇਨ ਜਾ ਸਕਦੇ ਹਾਂ ਜਾਂ ਅਪਾਇੰਟਮੈਂਟ ਲੈ ਕੇ ਜਾ ਸਕਦੇ ਹਾਂ ਭਾਵੇਂ ਕੁਛ ਵੀ ਨਾ ਹੋਵੇ ਭਾਵੇਂ ਉਹਨੇ ਕੋਈ ਵੀ ਇਲਾਜ ਨਹੀਂ ਕਰਨਾ ਹੋਵੇ ਜੇ ਤੁਹਾਨੂੰ ਲੱਗ ਰਿਹਾ ਕਿ ਪ੍ਰੋਬਲਮ ਨਹੀਂ ਠੀਕ ਹੋ ਰਹੀ ਅੱਗੋਂ ਮੈਂ ਇਹ ਗੱਲ ਕਰਨਾ ਚਾਹੁੰਦੀ ਕਿ ਜਦੋਂ ਅਸੀਂ ਆਪਣਾ ਇਲਾਜ ਸ਼ੁਰੂ ਕਰਵਾਉਂਦੇ ਹਾਂ ਸਪੋਜ਼ ਕਿਸੇ ਨੂੰ ਇੰਜਰੀ ਹੋ ਗਈ ਹੈ ਤੁਹਾਡੇ ਕੋਲ ਆ ਗਿਆ ਤੇ ਉਦੋਂ ਫਿਰ ਪੇਸ਼ੈਂਟਸ ਦਾ ਕਿੰਨਾ ਰੋਲ ਹੈਗਾ ਇਹ ਨਾ ਹੋਵੇ ਕਿ ਉਹਨੇ ਇੱਕ ਮਹੀਨੇ ਚ ਆਪਣੀ ਸਰਜਰੀ ਕਰਾ ਲਈ ਐਂਡ ਦੈਨ ਫਿਰ ਉੱਥੇ ਦਾ ਉੱਥੇ ਰਾਈਟ ਸੋ ਹਾਊ ਮੱਚ ਇਜ਼ ਦਾ ਰੋਲ ਆਫ ਪੇਸ਼ੈਂਟਸ ਇਨ ਦਾ ਟ੍ਰੀਟਮੈਂਟ ਟੂ ਸਟਾਰਟ ਵਿਦ ਐਜ਼ ਯੂ ਸੈਡ ਕਿ ਕਾਉਂਸਲਿੰਗ ਬਹੁਤ ਵੱਡਾ ਰੋਲ ਹੈ ਸੋ ਮੈਂ ਵੀ ਉੱਥੇ ਸਟਾਰਟ ਕਰੂੰਗਾ ਕਿ ਕਿਸੇ ਵੀ ਮਰੀਜ਼ ਦਾ ਜਦੋਂ ਇਲਾਜ ਹੁੰਦਾ ਉਹਨੂੰ ਦੱਸਿਆ ਜਾਣਾ ਚਾਹੀਦਾ ਕਿ ਭਾਈ ਤੇਰਾ ਅਪਰੋਕਸੀਮੇਟ ਟਾਈਮਲਾਈਨ ਇੰਦਾ ਦੀ ਹੋਊਗੀ ਉੱਥੇ ਕਿਤੇ ਨਾ ਕਿਤੇ ਆਪਣੇ ਸਿਸਟਮ 'ਚ ਲੈਕਿੰਗ ਹੈ ਉਹ ਦੋਨੋਂ ਪਾਸਿਓਂ ਕਹਿ ਸਕਦੇ ਹਾਂ ਕਿ ਤਾੜੀ ਘਟਨਾ ਨਹੀਂ ਵੱਜਦੀ ਥੋੜ੍ਹਾ ਜਿਹਾ ਮੈਡੀਕਲ ਫੀਲਡ ਵੱਲੋਂ ਵੀ ਹੈਗਾ ਥੋੜ੍ਹਾ ਜਿਹਾ ਪੇਸ਼ੈਂਟਸ ਵੱਲੋਂ ਵੀ ਹੈਗਾ ਕਿਉਂਕਿ ਸਾਰੇ ਅੱਜ ਕੱਲ੍ਹ ਜਲਦੀ ਠੀਕ ਹੋਣਾ ਚਾਹੁੰਦੇ ਨੇ ਕਿ ਟੈਕਨੋਲੋਜੀ ਆ ਗਈ ਹੈ ਜੀ ਬਸ ਤੁਸੀਂ ਫਟਾਫਟ ਕਰ ਦਿਓ ਉਹ ਚੀਜ਼ ਨਹੀਂ ਪੋਸੀਬਲ ਕਿਉਂਕਿ ਜਿਹੜੀ ਟਿਸ਼ੂ ਨੇ ਹੀਲ ਹੋਣਾ ਉਹਨੇ ਟਾਈਮ ਲੈਣਾ ਹੀ ਉਹਨੇ ਨੈਚੁਰਲ ਹੀਲਿੰਗ ਹੋਣੀ ਹੈ ਅਸੀਂ ਉਹਨੂੰ ਸਿਰਫ ਐਨਹੈਂਸ ਕਰਦੇ ਪਏ ਉਹਦੀ ਹੀਲਿੰਗ ਤੇ ਉਹਦੀਆਂ ਵੱਖਰੀਆਂ ਵੱਖਰੀਆਂ ਟੈਕਨੀਕਸ ਤਾਂ ਕਿ ਉਹ ਨਾਰਮਲੀ ਆਪਣੀ ਉਸੇ ਜਗ੍ਹਾ ਤੇ ਉਸੇ ਤਰ੍ਹਾਂ ਨਾਲ ਹੀਲ ਹੋ ਜਾਵੇ ਪਲੱਸ ਉਹਦੇ ਰੀ ਇੰਜਰੀ ਵੀ ਆਪਾਂ ਪ੍ਰੀਵੈਂਟ ਕਰਨੀ ਹੈ ਸੋ ਦੈਟ ਇਜ਼ ਅ ਬਿਗਰ ਐਸਪੈਕਟ ਸਰਜਰੀ ਕਰਨੀ ਜਾਂ ਕਿਸੇ ਚੀਜ਼ ਨੂੰ ਠੀਕ ਕਰਨਾ ਪਰ ਆਪਾਂ ਲੌਂਗ ਟਰਮ ਉਹਦਾ ਰਿਜ਼ਲਟ ਲੈਣਾ ਸ਼ਾਰਟ ਟਰਮ ਨਹੀਂ ਕਿ ਮੈਂ ਮਹੀਨੇ 'ਚ ਠੀਕ ਹੋ ਜਾਵਾਂ ਮੈਂ ਮਹੀਨੇ 'ਚ ਨਾ ਹੋਵਾਂ ਇੱਕ ਰਿਐਲਿਟੀ ਵੀ ਇੱਕ ਐਕਸੈਪਟੈਂਸ ਵੀ ਹੋਣੀ ਚਾਹੀਦੀ ਹੈ ਸੋ ਪੇਸ਼ੈਂਸ ਆਪਾਂ ਲੂਜ਼ ਕਰ ਦਿੰਦੇ ਕਈ ਵਾਰ ਹੁੰਦਾ ਕਿ ਸਾਡੇ ਇੰਨਾ ਇੰਪੋਰਟੈਂਟ ਕੰਮ ਹੁੰਦਾ ਆਪਾਂ ਇੰਜਰੀ ਕਰਕੇ ਜਾਂ ਫ੍ਰੈਕਚਰ ਕਰਕੇ ਹੀ ਆਪਾਂ ਕਹਿੰਦੇ ਉਹ ਤਾਂ ਬਹੁਤ ਵੱਡੀ ਪ੍ਰੋਬਲਮ ਹੋ ਗਈ ਬਟ ਦੇਰ ਇਜ਼ ਅ ਵੇ ਆਊਟ ਟੂ ਐਵਰੀਥਿੰਗ ਕੋਈ ਚੀਜ਼ਾਂ ਐਕਸੈਪਟ ਵੀ ਕਰਨੀਆਂ ਪੈਂਦੀਆਂ ਹੁਣ ਜੇ ਆਪਾਂ ਅੱਜ ਕੱਲ੍ਹ ਦੀ ਹੀ ਗੱਲ ਕਰੀਏ ਕੋਵਿਡ ਚੱਲਦਾ ਸੀਗਾ ਲੋਕਡਾਊਨ ਹੋ ਗਿਆ ਬੜੇ ਲੋਕਾਂ ਦੇ ਕਿੰਨੇ ਪਲਾਨ ਸੀਗੇ ਫੇਲ ਹੋ ਗਏ ਇਨ ਦਾ ਐਂਡ ਸਾਰਿਆਂ ਨੇ ਐਕਸੈਪਟ ਕੀਤਾ ਹੀ ਕੀਤਾ ਉਹਨੂੰ ਤੁਸੀਂ ਤੇ ਬੜੇ ਇਹੋ ਜਿਹੇ ਕੇਸ ਦੇਖੇ ਹੋਣਗੇ ਜਿਹੜੇ ਐਕਸਟ੍ਰੀਮ ਹੋਣਗੇ ਬਟ ਬਿਲਕੁਲ ਠੀਕ ਹੋ ਗਏ ਵਿਦ ਪੇਸ਼ੈਂਟਸ ਬੜੇ ਹੈਗੇ ਬਿਲਕੁਲ ਹੈਗੇ ਜੀ ਬਿਲਕੁਲ ਹੈਗੇ ਕਈ ਵਾਰ ਇਹਨਾਂ ਦੇ ਵੀ ਪੇਸ਼ੈਂਟਸ ਆ ਜਾਂਦੇ ਦੋ ਤੇ ਤੁਸੀਂ ਔਖੇ ਦੋਖਾ ਸਮਾਂ ਵੀ ਕੱਢ ਸਕਦੇ ਹੋ ਬਿਲਕੁਲ ਬਿਲਕੁਲ ਪੇਸ਼ੈਂਟਸ ਤਾਂ ਇਸ ਮੋਸਟ ਐਂਡ ਉਸ ਐਂਡ ਟੌਪ ਆਫ ਦੈਟ ਪੋਜ਼ਿਟਿਵ ਮਾਈਂਡਸੈਟ ਪ੍ਰੋਬਬਲੀ ਆਪਣਾ ਨੈਕਸਟ ਪੁਆਇੰਟ ਉਹੀ ਹੈ ਕਿ ਤੁਸੀਂ ਪੋਜ਼ਿਟਿਵ ਜੇ ਰਹੋਗੇ ਤਾਂ ਆਦੀਆਂ ਚੀਜ਼ਾਂ ਹੱਲ ਹੀ ਹੋ ਜਾਂਦੀਆਂ ਹੁੰਦੀਆਂ ਜੀ ਮੈਂ ਵੀ ਆਪਣੀ ਆਡੀਅੰਸ ਨਾਲ ਸ਼ੇਅਰ ਕਰਨਾ ਚਾਹੁੰਦੀ ਕਿ ਭਾਵੇਂ ਜ਼ਰੂਰੀ ਨਹੀਂ ਕਿ ਸਾਨੂੰ ਸਪੋਰਟਸ ਇੰਜਰੀ ਆ ਜਾਂ ਬੋਨ ਨਾਲ ਰਿਲੇਟਡ ਮਸਲ ਨਾਲ ਰਿਲੇਟਡ ਕੋਈ ਪ੍ਰੋਬਲਮ ਆ ਕੋਈ ਵੀ ਸਾਨੂੰ ਪ੍ਰੋਬਲਮ ਹੋ ਜਾਂਦੀ ਆ ਅਸੀਂ ਕਿਸੇ ਵੀ ਤਰ੍ਹਾਂ ਦੀ ਸਾਨੂੰ ਲੱਗਦਾ ਕਿ ਅਸੀਂ ਸਿੱਕ ਆ ਅਸੀਂ ਇਹਨਾਂ ਤੇ ਸਾਨੂੰ ਪ੍ਰੋਪਰ ਆਪਣੇ ਆਪ ਨੂੰ ਟਾਈਮ ਦਿਓ ਸਭ ਤੋਂ ਪਹਿਲਾਂ ਠੀਕ ਹੋ ਜਾਈਏ ਐਂਡ ਦੈਨ ਐਵਰੀਥਿੰਗ ਕਮਸ ਆਫਟਰ ਇਟ ਸੋ ਹੈਲਥ ਇਜ਼ ਵਿਚ ਇਜ਼ ਸਮਥਿੰਗ ਵੈਰੀ ਵੈਰੀ ਇੰਪੋਰਟੈਂਟ ਜੇ ਸਾਡੇ ਕੋਲ ਹੈਲਥ ਹੀ ਨਹੀਂ ਰਹੇਗੀ ਤੇ ਬਾਕੀ ਕਿਸੇ ਵੀ ਚੀਜ਼ ਦਾ ਜਿਹੜਾ ਉਹ ਸਾਨੂੰ ਫਾਇਦਾ ਨਹੀਂ ਡੂਜ਼ ਐਂਡ ਡੋਨਟਸ ਦੀ ਗੱਲ ਕਰਾਂਗੇ ਹੁਣ ਠੀਕ ਹੈ ਇੰਜਰਡ ਪਰਸਨ ਆ ਉਹਦੇ ਨੀਂਹ ਤੇ ਸੱਟ ਲੱਗੀ ਹੈ ਐਂਕਲ ਤੇ ਲੱਗੀ ਸ਼ੋਲਡਰ ਤੇ ਲੱਗੀ ਹੈਡ ਤੇ ਲੱਗੀ ਰਾਈਟ ਸੋ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਡੂਜ਼ ਕਿਉਂਕਿ ਦੈਟ ਇਜ਼ ਅ ਪੋਜ਼ਿਟਿਵ ਡੋਨਟ ਇਜ਼ ਅ ਨੈਗੇਟਿਵ ਮੈਂ ਉਹਨੂੰ ਬਾਅਦ ਚ ਰੱਖੂੰਗਾ ਡੂਜ਼ ਬਹੁਤ ਜ਼ਰੂਰੀ ਹੈ ਕੋਈ ਵੀ ਬੰਦਾ ਨਾਟ ਜਸਟ ਅ ਸਪੋਰਟਸਮੈਨ ਕੋਈ ਵੀ ਬੰਦਾ ਜੇ ਉਹਨੂੰ ਕਿਤੇ ਇੱਕ ਬੋਡੀ ਪਾਰਟ ਤੇ ਸੱਟ ਲੱਗਦੀ ਹੈ ਚਲੋ ਉਹਨੂੰ ਆਪਾਂ ਰੈਸਟ ਦੇਣਾ ਜੇ ਮੈਂ ਵੀ ਉਹਨੂੰ ਐਡਵਾਈਸ ਕੀਤਾ ਕਿ ਇਹਨੂੰ ਰੈਸਟ ਦੇ ਲਓ ਦੂਜੇ ਬੋਡੀ ਪਾਰਟ ਆਪਣੇ ਠੀਕ ਹੈਗੇ ਨੇ ਸਪੋਜ਼ ਕੱਲ੍ਹ ਮੇਰੇ ਗੋਡੇ ਤੇ ਲੱਗੀ ਹੈ ਆਈ ਕੈਨ ਵਰਕਆਊਟ ਫੋਰ ਮਾਈ ਅਦਰ ਨੀ ਦੂਜੇ ਗੋਡੇ ਦਾ ਕਰ ਸਕਦਾ ਮੋਢਿਆਂ ਦਾ ਕਰ ਸਕਦਾ ਕੋਰ ਦਾ ਕਰ ਸਕਦਾ ਆਪਾਂ ਕੋਈ ਵੀ ਕੰਮ ਲੈਣਾ ਜੇ ਮੈਂ ਕੋਈ ਸਪੋਰਟਸ ਵੀ ਖੇਲਣੀ ਹੈ ਤੇ ਮੇਰੀ ਪੂਰੀ ਬੋਡੀ ਨੇ ਖੇਲਣੀ ਹੈ ਸਿਰਫ ਮੇਰੇ ਗੋਡੇ ਨੇ ਨਹੀਂ ਖੇਲਣੀ ਸਿਮਿਲਰਲੀ ਜੇ ਮੇਰੇ ਮੋਢੇ ਤੇ ਸੱਟ ਲੱਗਦੀ ਤੇ ਮੇਰੀ ਲੋਅਰ ਬੋਡੀ ਤਾਂ ਠੀਕ ਹੈ ਮੈਂ ਉਹਦੀ ਐਕਸਰਸਾਈਜ਼ ਔਨ ਬੈਡ ਉਹਦੀਆਂ ਟੈਕਨੀਕਸ ਆ ਵੱਖਰੀਆਂ ਵੱਖਰੀਆਂ ਵਿਚ ਕੈਨ ਬੀ ਫੋਲੋਡ ਕਿ ਆਪਾਂ ਨੂੰ ਮੋਬਿਲਿਟੀ ਰੱਖੀਏ ਕਿਉਂਕਿ ਲਾਈਫ ਇਜ਼ ਮੋਸ਼ਨ ਐਂਡ ਮੋਸ਼ਨ ਇਜ਼ ਲਾਈਫ ਸਭ ਤੋਂ ਜ਼ਿਆਦਾ ਜ਼ਰੂਰੀ ਤੇ ਕਦੇ ਵੀ ਇੱਕ ਪਾਰਟ ਜੇ ਇੰਜਰ ਹੁੰਦਾ ਦੂਜਾ ਬੋਡੀ ਪਾਰਟ ਮੋਬਾਈਲ ਰੱਖੋ ਤਾਂ ਕਿ ਜੋ ਤੁਹਾਡੇ ਉਹ ਬੋਡੀ ਪਾਰਟ ਰਿਕਵਰ ਹੋ ਰਿਹਾ ਇਨ ਦਾ ਮੀਨ ਟਾਈਮ ਆਪਾਂ ਦੂਜੀ ਬੋਡੀ ਨੂੰ ਲੂਜ਼ ਨਾ ਕਰ ਦਈਏ ਪੂਰੀ ਬੋਡੀ ਫਿਟ ਰਹਿਣੀ ਚਾਹੀਦੀ ਸਭ ਤੋਂ ਪਹਿਲਾਂ ਡੂਜ਼ ਤਾਂ ਇਹੀ ਹੈ ਦੂਜੀ ਗੱਲ ਹੈ ਕਿ ਆਪਣਾ ਮਾਈਂਡਸੈਟ ਪੋਜ਼ਿਟਿਵ ਸਾਈਕੋਲੋਜੀ ਪੋਜ਼ਿਟਿਵ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਬੈਸਟ ਆਫ ਦਾ ਬੈਸਟ ਸਰਜਨਸ ਨਹੀਂ ਵਧੀਆ ਕਰ ਸਕਦੇ
ਪੇਸ਼ੈਂਟ ਦਾ ਮਾਈਂਡ ਬੜਾ ਮਾਈਂਡ ਬਹੁਤ ਸਟਰੋਂਗ ਚਾਹੀਦਾ, ਪੋਜ਼ਿਟਿਵ ਚਾਹੀਦਾ। ਦੇਖੋ ਇੰਜਰੀ ਸਾਰਿਆਂ ਨੂੰ ਹੁੰਦੀ ਹੈ, ਮੇਰੇ ਖਿਆਲ ਚ ਨਹੀਂ ਕੋਈ ਬੰਦਾ ਜਿਹਨੂੰ ਇੰਜਰੀ ਨਾ ਹੁੰਦੀ ਹੋਵੇ। ਜੇ ਆਪਾਂ ਉੱਥੇ ਰਵਾਂਗੇ ਪੋਜ਼ਿਟਿਵ ਕਿ ਮੈਂ ਠੀਕ ਹੋਣਾ ਹੀ ਹੋਣਾ, ਮੈਂ ਹਰ ਇੱਕ ਚੀਜ਼ ਦਾ ਸਾਹਮਣਾ ਕਰਨਾ ਤੇ ਹੱਸ ਕੇ ਕਰਨਾ, ਯੂ ਵਿਲ ਕਮ ਆਊਟ ਐਜ਼ ਅ ਵਿਨਰ 100%। ਸੋ ਡੋਂਟ ਕੀ ਨਹੀਂ ਕਰਨਾ ਚਾਹੀਦਾ, ਨੈਗੇਟਿਵ ਮਾਈਂਡ ਸੈਟ, ਨੈਗੇਟਿਵ ਮਾਈਂਡ ਸੈਟ ਕਰਨਾ ਚਾਹੀਦਾ ਪੋਜ਼ਿਟਿਵ ਤੇ ਨਹੀਂ ਕਰਨਾ ਚਾਹੀਦਾ ਨੈਗੇਟਿਵ। ਤੇ ਡੂਜ਼ ਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹੂੰਗਾ, ਕੋਈ ਵੀ ਜਿਹੜੇ ਆਪਣੇ ਰੀਕ੍ਰੀਏਸ਼ਨਲ ਪਲੇਅਰ ਜਾਂ ਫਿਟਨੈਸ ਫ੍ਰੀਕਸ ਕਦੇ ਵੀ ਕੋਈ ਜਿਮ ਜਾਂਦੇ ਨੇ ਜਾਂ ਕਿਤੇ ਵੀ ਜਾਂਦੇ ਨੇ, ਵਾਰਮ ਅਪ ਜ਼ਰੂਰ ਕਰੋ। ਵਾਰਮ ਅਪ ਮਤਲਬ ਹੁੰਦਾ ਕਿ ਤੁਸੀਂ ਐਕਸਰਸਾਈਜ਼ ਤੋਂ ਪਹਿਲਾਂ ਆਪਣੇ ਬਾਡੀ ਨੂੰ, ਜੁਆਇੰਟਸ ਨੂੰ ਖੋਲਣਾ, ਤੇ ਉਸ ਤੋਂ ਬਾਅਦ ਆਪਣੀ ਐਕਸਰਸਾਈਜ਼ ਜੋ ਵੀ ਤੁਹਾਡਾ ਰੂਟੀਨ ਆ ਨੂੰ ਫੋਲੋ ਕਰੋ, ਐਂਡ ਹੁਣ ਤੇ ਕੂਲ ਡਾਊਨ ਜ਼ਰੂਰ ਕਰੋ। ਆਪਣੀ ਬਾਡੀ ਇੱਕ ਕਾਰ ਜਾਂ ਗੱਡੀ ਸਮਝ ਲਓ, ਕੋਈ ਵੀ ਮਸ਼ੀਨ ਸਮਝ ਲਓ। ਆਪਾਂ ਮਸ਼ੀਨ ਨੂੰ ਗਰਮ ਕਰਦੇ ਹਾਂ ਜੇ ਆਪਾਂ ਕੋਈ ਹੈਵੀ ਕੰਮ ਕਰਕੇ ਉਹਨੂੰ ਠੰਡਾ ਵੀ ਕਰਦੇ ਹਾਂ, ਨਹੀਂ ਤਾਂ ਮਸ਼ੀਨਰੀਆਂ ਜਵਾਬ ਦੇ ਦੇਣਾ। ਸੋ ਬਾਇਓ ਮਕੈਨਿਕਸ ਆਪਣੀ ਬਾਡੀ ਦੇ ਵਿੱਚ ਕੰਮ ਕਰਦੇ ਪਏ ਨੇ, ਆਪਾਂ ਨੂੰ ਵਾਰਮ ਅਪ ਜ਼ਰੂਰ ਕਰਨਾ ਹੈ। 5 ਮਿੰਟ ਐਕਸਰਸਾਈਜ਼ ਘੱਟ ਕਰ ਲਓ ਪਰ ਕੂਲ ਡਾਊਨ ਕਰੋ, ਇਹ ਤੁਹਾਨੂੰ ਲੌਂਜੀਵਿਟੀ ਦਊਗੀ। ਲੌਂਗ ਟਰਮ ਤੇ ਤੁਸੀਂ ਸੋਚੋ, ਲੰਬੀ ਰੇਸ ਦੇ ਘੋੜੇ ਬਣ ਜਾਓਗੇ, ਨਹੀਂ ਤਾਂ ਫਿਰ ਸ਼ਾਰਟ ਟਰਮ ਕੋਈ ਗੇਨ ਨਹੀਂ ਹੁੰਦਾ। ਤੁਸੀਂ ਕਿੰਨੇ ਕੁ ਫਿਟਨੈਸ ਫ੍ਰੀਕ ਹੋ? ਲੌਕਡਾਊਨ ਚ ਮੈਂ ਘਰੇ ਐਕਸਰਸਾਈਜ਼ ਕਰਦਾ ਸੀਗਾ, ਕਾਫੀ ਬੇਸਿਕਲੀ ਪੈਂਡੈਮਿਕ ਸੀਗਾ ਤੇ ਬੜੀਆਂ ਐਪਸ ਫ੍ਰੀ ਹੋ ਗਈਆਂ ਸੀਗੀਆਂ, ਐਕਚੁਅਲੀ ਮੋਬਾਈਲ ਤੇ ਅਸੀਂ ਐਪ ਡਾਊਨਲੋਡ ਕੀਤੀ, ਉਹਦੇ ਤੇ ਐਕਸਰਸਾਈਜ਼ ਮੈਂ ਉਹਨੂੰ ਫੋਲੋ ਕਰਦਾ ਸੀਗਾ। ਛੱਤ ਤੇ ਜਾਈਦਾ ਸੀਗਾ ਸ਼ਾਮ ਨੂੰ, ਥੋੜਾ ਕੰਮ ਵੀ ਘੱਟ ਸੀਗਾ ਤੇ ਇੱਕ ਉਹ ਕਰਦਾ ਸੀਗਾ, ਪਲੱਸ ਥੋੜਾ ਜਿਹਾ ਵਿੱਚ ਮੈਂ ਵੀ ਲੇਜ਼ੀ ਹੋ ਗਿਆ ਸੀਗਾ ਵਿਚਕਾਰ ਨੂੰ, ਬਟ ਆਈ ਹੈਵ ਰੀਸਟਾਰਟਡ। ਮੈਂ ਸਵੇਰੇ ਹੁਣ 1 ਘੰਟਾ ਜਿਮ ਜ਼ਰੂਰ ਜਾਣਾ, 1 ਘੰਟਾ ਇਫੈਕਟਿਵ ਨਹੀਂ ਹੁੰਦਾ, ਉਹ ਤਾਂ ਬਹੁਤ ਜ਼ਰੂਰੀ ਹੈ ਭੰਗੜਾ ਪਾਉਣਾ, ਤਾਂ ਸਭ ਤੋਂ ਜ਼ਿਆਦਾ ਉਹੀ ਤੁਹਾਨੂੰ ਫਿੱਟ ਲੱਗਦਾ, ਉਹ ਤਾਂ ਤੁਹਾਨੂੰ ਕਾਰਡੀਓ ਐਕਟੀਵਿਟੀ ਇੰਨੀ ਵਧੀਆ ਹੋ ਜਾਂਦੀ ਹੈ, ਤੁਹਾਨੂੰ ਬਹੁਤ ਖੁਸ਼ ਲੱਗਦਾ। ਤੇ ਜਿਮ ਜਾਣਾ ਬਹੁਤ ਜ਼ਰੂਰੀ ਹੈ, ਜਿਮ ਜਾਓ, ਕਿਤੇ ਵੀ ਜਾਓ, ਕੋਈ ਵੀ ਐਕਟੀਵਿਟੀ ਕਰੋ, ਉਹਦੇ ਨਾਲ 2-3 ਫਾਇਦੇ ਨੇ। ਇੱਕ, ਤੁਸੀਂ ਸੋਸ਼ਲਾਈਜ਼ ਕਰਦੇ ਹੋ, ਦੂਜੇ ਨੂੰ ਦੇਖ ਕੇ ਤੁਸੀਂ ਸਿੱਖਦੇ ਹੋ, ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਉਹਦੀਆਂ। ਪੋਜ਼ਿਟਿਵ ਚੀਜ਼ਾਂ ਚੱਕੋ, ਬਸ ਨੈਗੇਟਿਵ ਨਹੀਂ ਚੱਕਣੀਆਂ, ਨੈਗੇਟਿਵ ਆਪਾਂ ਨੂੰ ਚਾਹੀਦੀਆਂ ਨਹੀਂ, ਸਿਰਫ ਪੋਜ਼ਿਟਿਵ ਹੀ। ਕਿ ਮੈਂ ਨਹੀਂ, ਮੈਂ ਕਦੇ ਕਦੇ ਸੋਚਦਾ ਮੈਂ ਕਰ ਹੀ ਨਹੀਂ ਸਕਦਾ, ਮੈਂ ਕਰ ਸਕਦਾ, ਪਹਿਲਾਂ ਨਾ ਨਹੀਂ ਕਹਿਣੀ ਆਪਾਂ। ਕਈ ਵਾਰ ਮਰੀਜ਼ ਆਉਂਦੇ ਨੇ, ਕਈ ਮੇਰੇ ਕੋਲ ਆਉਂਦੇ ਨੇ ਜਿਹਦੇ ਕਿ ਇਹ ਤਾਂ ਬੜਾ ਔਖਾ ਹੈ ਜੀ, ਇਹ ਤਾਂ ਬੜਾ ਔਖਾ ਹੈ, ਦੈਟ ਇਜ਼ ਨੈਗੇਟਿਵ। ਉਹਨੂੰ ਕਹਿਣ ਦਾ ਤਰੀਕਾ ਇਹ ਹੋ ਸਕਦਾ ਕਿ ਆਪਾਂ ਚਲੋ ਦੇਖ ਲੈਂਦੇ ਕਿੰਨਾ ਕਰਨਾ, ਔਖਾ ਜ਼ਰੂਰ ਹੈ ਬਟ ਕਰਨਾ ਤਾਂ ਆਪਾਂ ਹੀ ਹੈ ਨਾ, ਮੋਡੀਫਾਈ ਕਿੰਨੇ ਕਰਨਾ ਮੈਂ ਹੀ ਕਰਨਾ, ਉਹ ਮੈਨੂੰ ਹੀ ਪਤਾ ਕਿ ਮੈਂ ਕਿਹੜੀ ਕਿਹੜੀ ਚੀਜ਼ ਨੂੰ ਪ੍ਰਾਇਰਟੀ ਦੇਣੀ, ਕਿਹਨੂੰ ਮੈਂ ਸੈਕਿੰਡ ਨੰਬਰ ਤੇ ਰੱਖਣਾ। ਜਿੱਦਾਂ ਹੁਣ ਕਈ ਵਾਰੀ ਆਪਾਂ ਸੋਚਦੇ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਰਾਈਟ? ਸੋ ਇੰਜਰੀ ਨੂੰ ਕਿੱਦਾਂ ਪ੍ਰੀਵੈਂਟ ਕਰ ਸਕਦੇ ਹਾਂ ਕਿ ਸਾਨੂੰ ਹੋਵੇ ਨਾ? ਜਿੱਦਾਂ ਮੈਂ ਪਹਿਲਾਂ ਕਿਹਾ ਕਿ ਵਾਰਮ ਅਪ ਬਹੁਤ ਜ਼ਰੂਰੀ ਹੈ, ਕੂਲ ਡਾਊਨ ਬਹੁਤ ਜ਼ਰੂਰੀ ਹੈ, 5 ਮਿੰਟ ਐਕਸਰਸਾਈਜ਼ ਘੱਟ, ਪਰ ਇਹ 2 ਚੀਜ਼ਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਪ੍ਰੋਪਰ ਤਰੀਕੇ ਨਾਲ ਕੀਤੀਆਂ ਜਾਣ। ਪਲੱਸ ਜੇ ਆਪਾਂ ਕੋਈ ਇਕਵਿਪਮੈਂਟ ਯੂਜ਼ ਕਰ ਰਹੇ ਹਾਂ, ਉਹਦਾ ਸਪੈਸ਼ਲ ਚੈੱਕ ਹੋਣਾ ਚਾਹੀਦਾ ਤੇ ਉਹਨੂੰ ਪ੍ਰੋਪਰਲੀ ਯੂਜ਼ ਕੀਤੀ ਜਾਵੇ। ਜੇ ਕੋਈ ਪ੍ਰੋਟੈਕਟਿਵ ਗਾਰਡਸ ਨੇ, ਉਹ ਪਾਉਣੇ ਚਾਹੀਦੇ ਨੇ। ਅੱਜ ਕੱਲ੍ਹ ਜਿਹੜਾ ਲੇਟੈਸਟ ਟ੍ਰੈਂਡ ਹੈ ਆਪਣੇ ਏਰੀਆ ਦੇ ਵਿੱਚ, ਸਾਈਕਲਿੰਗ, ਸੋ ਬੜੇ ਲੋਕੀ ਸਾਈਕਲਿੰਗ ਤੇ ਜਾਂਦੇ ਨੇ, ਉਹਨਾਂ ਨੇ ਜੇ ਕੋਈ ਹਾਈਵੇ ਤੇ ਵੀ ਜਾ ਰਿਹਾ, ਸੜਕਾਂ ਤੇ ਵੀ ਜਾ ਰਹੇ ਨੇ, ਮੈਂ ਕਈ ਵਾਰ ਦੇਖਦਾ ਉਹਨਾਂ ਨੇ ਕੋਈ ਰਿਫਲੈਕਟਰ ਨਹੀਂ ਲੱਗਿਆ ਹੁੰਦਾ, ਕੁਛ ਨਹੀਂ ਹੁੰਦਾ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਇੱਕ ਤਾਂ ਰਿਫਲੈਕਟਰਸ ਵਾਲੀ ਜੈਕਟ ਆਉਂਦੀ ਹੈ, ਉਹ ਹੋਵੇ ਤੁਹਾਡੇ। ਹੈਲਮੇਟ ਬਹੁਤ ਜ਼ਰੂਰੀ ਹੈ, ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ, ਇਕਵਿਪਮੈਂਟ ਬਹੁਤ ਜ਼ਰੂਰੀ ਚੀਜ਼ ਹੈ। ਅਤੇ ਆਪਣੇ ਸਾਈਕਲ ਨੂੰ ਜੇ ਤੁਸੀਂ ਚਲਾ ਰਹੇ ਹੋ, ਉਹਦੇ ਗੇਅਰਸ, ਉਹਦੇ ਚੈਨ, ਉਹਦੇ ਸਭ ਕੁਛ, ਅਤੇ ਉਹਦੀ ਪ੍ਰੋਪਰ ਗ੍ਰੀਜ਼ਿੰਗ ਹੋਈ ਹੋਵੇ, ਟਾਇਰਸ ਹੋਏ ਬਿਲਕੁਲ, ਨਹੀਂ ਤਾਂ ਦੈਟ ਕੈਨ ਲੀਡ ਟੂ ਅ ਮਿਸਅਪ। ਸੋ ਆਪਣੇ ਵਾਰਮ ਅਪ ਪ੍ਰੋਪਰ ਹੋ, ਕੂਲ ਡਾਊਨ ਪ੍ਰੋਪਰ ਹੋ, ਤੇ ਜੇ ਤੁਸੀਂ ਆਪਣੀ ਗੇਮ ਦੇ ਵਿੱਚ ਕੁਛ ਵੀ ਗਾਰਡਸ, ਹਾਂ, ਸੇਫ ਗਾਰਡਸ ਪਾ ਸਕਦੇ ਹੋ, ਪਾਓ ਤੁਸੀਂ ਕਿ ਆਪਣੇ ਕੋਈ ਤੇ ਦੈਟ ਵਿਲ ਇਨਹੈਂਸ ਯੋਰ ਪਰਫਾਰਮੈਂਸ ਇਨ ਫੈਕਟ। ਦੇਖੋ ਤੁਹਾਡੀ ਪਰਫਾਰਮੈਂਸ ਬਹੁਤ ਵਧੀਆ ਹੋ ਜਾਊਗੀ। ਜਦੋਂ ਨਾ ਮਨਜੋਤ ਦੀ ਵੀ ਅਸੀਂ ਸਰਜਰੀ ਦੀ ਗੱਲ ਕਰ ਰਹੇ ਸੀ ਤੇ ਵੀ ਵਰ ਲੁਕਿੰਗ ਫੋਰ ਕੀ ਕਿੱਦਾਂ ਦੇ ਕਾਈਂਡ ਆਫ ਟ੍ਰੀਟਮੈਂਟਸ ਨੇ, ਸੋ ਕਿੰਨਾ ਐਡਵਾਂਸ ਹੋ ਗਈ ਟੈਕਨੋਲੋਜੀ, ਪਹਿਲਾਂ ਕੀ ਹੁੰਦਾ ਸੀ ਹੁਣ ਕੀ ਹੁੰਦਾ? ਮੈਂ ਬਹੁਤ ਜ਼ਿਆਦਾ ਐਕਸਪੀਰੀਅੰਸ ਨਹੀਂ, 8 ਸਾਲ ਦਾ ਐਕਸਪੀਰੀਅੰਸ ਹੈ, ਬਟ ਜੋ 8 ਸਾਲਾਂ ਦੇ ਵਿੱਚ ਆਈ ਹੈਵ ਨੋਟਿਸ ਕਾਫੀ ਚੀਜ਼ਾਂ ਵੱਧ ਰਹੀਆਂ, ਸਪੈਸ਼ਲੀ ਇਨ ਸਪੋਰਟਸ ਇੰਜਰੀ ਵਾਲੇ ਫੀਲਡ ਦੇ ਵਿੱਚ ਇਕਵਿਪਮੈਂਟਸ ਬਹੁਤ ਵਧੀਆ ਆ ਰਹੇ ਨੇ। ਕਿਉਂਕਿ ਇੰਡੀਆ ਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ ਕਿ ਕਿਸੇ ਵੀ ਕੰਪਨੀ ਨੇ ਕੋਈ ਚੀਜ਼ ਲੈ ਕੇ ਆਉਣੀ, ਉਹਦੇ ਤੇ ਇੰਨੇ ਹੈਵੀ ਟੈਕਸਿਸ ਹੁੰਦੇ ਸੀਗੇ, ਤੇ ਇੰਡੀਆ ਚਾਹੁੰਦੇ ਨਹੀਂ ਸੀਗੇ। ਬਟ ਓਵਰ ਟਾਈਮ ਇੰਡੀਆ ਹੈਜ਼ ਬਿਕਮ ਅ ਬਿਗ ਮਾਰਕੀਟ, ਜਿਹਦੇ ਵਿੱਚ ਉਹਨਾਂ ਨੇ ਪੇਸ਼ੈਂਟ ਨਾਲ ਡੀਲਿੰਗ ਨਹੀਂ ਹੋਣੀ, ਉਹਨਾਂ ਨੇ ਆਪਣਾ ਪ੍ਰੋਫਿਟ ਦੇਖਣਾ ਕਿ ਅਸੀਂ 9 ਕਰੋੜ ਦਾ ਜਾਂ 9 ਲੱਖ ਕਰੋੜ ਦਾ ਅਸੀਂ ਟਰਨ ਓਵਰ ਕੀਤਾ। ਸੋ ਦੇ ਹੈਵ ਸਟਾਰਟਡ ਬ੍ਰਿੰਗਿੰਗ ਇਨ ਜਿਹੜੀਆਂ ਕਿ ਇੰਟਰਨੈਸ਼ਨਲ ਚੀਜ਼ਾਂ ਪਹਿਲਾਂ ਅਵੇਲੇਬਲ ਸੀਗੀਆਂ, ਉਹ ਹੁਣ ਆਪਾਂ ਨੂੰ ਸਾਡੇ ਇੱਥੇ ਡਿਸਪੋਜ਼ਲ ਤੇ ਆਰਾਮ ਨਾਲ ਮਿਲ ਜਾਂਦੀਆਂ, ਐਂਡ ਐਟ ਅ ਵੈਰੀ ਗੁੱਡ ਪ੍ਰਾਈਸ। ਸੋ ਟੈਕਸਿਸ ਥੋੜੇ ਗਵਰਨਮੈਂਟ ਵੱਲੋਂ ਵੀ ਫਾਇਦਾ ਹੋਇਆ। ਟੈਕਨੋਲੋਜੀ ਮੈਂ ਜੇ ਹੁਣ ਕੰਪੇਅਰ ਕਰੂੰਗਾ, ਇਟ ਇਜ਼ ਆਲਮੋਸਟ ਐਟ ਪਾਰ ਵਿਦ ਐਨੀ ਇੰਟਰਨੈਸ਼ਨਲ ਟ੍ਰੀਟਮੈਂਟ। ਜਿਹੜੀ ਵੈਸਟਰਨ ਕੰਟਰੀ ਦੇ ਵਿੱਚ ਜੇ ਆਪਾਂ ਕਿਸੇ ਨੂੰ ਵੀ ਮੋਸਟ ਐਡਵਾਂਸ ਟ੍ਰੀਟਮੈਂਟ ਮਿਲੀ ਹੈ, ਟੈਕਨੋਲੋਜੀ ਹੈਗੀ ਹੈ, ਜਿਹੜੀ ਇੱਕ ਚੀਜ਼ ਲੈਕਿੰਗ ਇੱਥੇ ਸਕਿੱਲਸ ਤੇ ਟ੍ਰੇਨਿੰਗ। ਸੋ ਐਵਰੀਵਨ ਇਜ਼ ਨੋਟ ਟ੍ਰੇਨਡ, ਐਵਰੀਵਨ ਹੈਜ਼ ਨੋਟ ਗੋਟ ਦ ਸੇਮ ਸਕਿੱਲਸ, ਸਕਿੱਲਸ ਤਾਂ ਵਿਦ ਟਾਈਮ ਆਉਂਦੇ ਨੇ, ਐਵਰੀਵਨ ਹੈਜ਼ ਟੂ ਲਰਨ,
ਇਦਾਂ ਦੇ ਸਾਡੇ ਬੱਚੇ ਹੋਣ ਇੰਡੀਆ ਦੇ ਵਿੱਚ ਰਹਿ ਕੇ, ਹਾਂ ਇੰਡੀਆ ਦੇ ਵਿੱਚ ਰਹਿ ਕੇ, ਪੰਜਾਬ ਦੇ ਵਿੱਚ ਰਹਿ ਕੇ, ਜਦੋਂ ਕਿ ਹਰ ਕੋਈ ਕੈਨੇਡਾ ਅਮੈਰੀਕਾ ਹਰ ਜਗ੍ਹਾ ਜਾਣ ਬਾਰੇ ਸੋਚਦਾ, ਐਂਡ ਪੀਪਲ ਲਾਈਕ ਯੂ ਸੋ ਇੰਟੈਲੀਜੈਂਟ ਅੰਮ੍ਰਿਤਸਰ ਦੇ ਵਿੱਚ ਵਿਦ ਇਨ ਪੰਜਾਬ ਸਰਵ ਕਰ ਰਹੇ ਨੇ, ਰਾਈਟ, ਬਾਈ ਕੈਰਿੰਗ ਯੋਰ ਪਰਸਨੈਲਿਟੀ ਕਿ ਜਿਹੜੀ ਸਾਡੀ ਪੰਜਾਬੀਅਤ ਦੀ ਪਹਿਚਾਣ ਆ. ਸੋ ਵਾਟ ਇਜ਼ ਯੋਰ ਮੈਸੇਜ ਟੂ ਦ ਆਡੀਅੰਸ ਤੇ ਤੇ ਆਪਾਂ ਆਵਾਂਗੇ, ਬਟ ਸਪੈਸ਼ਲੀ ਟੂ ਦ ਸਟੂਡੈਂਟਸ ਜਿਹੜੇ ਕਿ ਮੈਡੀਕਲ ਚ ਆਪਣਾ ਕਰੀਅਰ ਦੇਖ ਰਹੇ ਨੇ, ਐਂਡ ਯੂ ਆਰ ਐਟ ਅ ਸਕਸੈਸਫੁਲ ਪੁਆਇੰਟ, ਉਹ ਕਿੱਦਾਂ ਪਹੁੰਚ ਸਕਦੇ ਤੁਹਾਡੇ ਤੱਕ? ਪਹਿਲੀ ਗੱਲ, ਸਕਸੈਸਫੁਲ ਹੋਣਾ ਜਾਂ ਨਹੀਂ, ਸਕਸੈਸ ਇਜ਼ ਅ ਪ੍ਰੋਸੈਸ, ਇਟਸ ਨਾਟ ਅ ਵਨ ਡੇ ਸਟੋਰੀ. ਤੇ ਉਹਨੂੰ ਮੇਨਟੇਨ ਕਰਨਾ ਬਹੁਤ ਵੱਡੀ ਗੱਲ ਹੈ. ਆਈ ਵਿਲ ਨਾਟ ਕੰਸੀਡਰ ਮਾਈਸੈਲਫ ਸਕਸੈਸਫੁਲ, ਬਟ ਓਕੇ, ਆਈ ਐਮ ਐਟ ਪਾਰ. ਜੋ ਅਸੀਂ ਟ੍ਰੀਟਮੈਂਟ ਦੇਣਾ ਚਾਹੁੰਦੇ ਹਾਂ ਜਾਂ ਜੋ ਐਵੀਡੈਂਸ ਬੇਸਡ ਮੈਡੀਸਨ ਕਹਿੰਦੀ ਹੈ, ਵੀ ਆਰ ਏਬਲ ਟੂ ਡੂ ਦੈਟ, ਐਂਡ ਲੱਕੀਲੀ ਐਂਡ ਵਿਦ ਗੋਡਸ ਗ੍ਰੇਸ ਵੀ ਆਰ ਗੈਟਿੰਗ ਆਲ ਦ ਰਿਜ਼ਲਟ. ਸਾਰੇ ਤੁਹਾਨੂੰ ਰਿਜ਼ਲਟ ਵਧੀਆ ਮਿਲ ਰਹੇ ਨੇ. ਨੋ ਡਾਊਟ ਕੰਪਲੀਕੇਸ਼ਨ ਹੁੰਦੀਆਂ, ਜੇ ਕੰਮ ਕਰਾਂਗੇ ਜੀ ਕੰਪਲੀਕੇਸ਼ਨ ਤਾਂ ਹੋਣੀ ਹੋਣੀ ਹੈ. ਮੇਰੇ ਬੋਸ ਮੈਨੂੰ ਕਹਿੰਦੇ ਹੁੰਦੇ ਸੀ ਕਿ ਜੇ ਕੰਪਲੀਕੇਸ਼ਨ ਉਹਦੀ ਨਹੀਂ ਹੁੰਦੀ ਜਿਹੜਾ ਜਾਂ ਤਾਂ ਕੰਮ ਨਹੀਂ ਕਰਦਾ ਜਾਂ ਝੂਠ ਬੋਲ ਰਿਹਾ. ਸਿਰਫ ਦੋ ਬੰਦਿਆਂ ਦੀ ਇਹ ਕੰਪਲੀਕੇਸ਼ਨ ਨਹੀਂ ਹੁੰਦੀ, ਸਾਰਿਆਂ ਦੀ ਹੁੰਦੀ ਹੈ, ਮੇਰੀਆਂ ਵੀ ਹੁੰਦੀਆਂ ਜੀ. ਬਟ ਹਾਊ ਟੂ ਮੈਨੇਜ, ਹਾਊ ਟੂ ਸੈਟਿਸਫਾਈ ਪੇਸ਼ੈਂਟ, ਦੈਟ ਇਜ਼ ਮੋਰ ਇੰਪੋਰਟੈਂਟ. ਉਸ ਤੋਂ ਅੱਗੇ ਜਿਹੜੇ ਡਾਕਟਰਸ ਬਣਨਾ ਚਾਹੁੰਦੇ ਨੇ, ਇੰਡੀਆ ਇਜ਼ ਐਕਚੁਅਲੀ ਬੈਟਰ ਪਲੇਸ ਟੂ ਸਟੱਡੀ. ਯੂ ਹੈਵ ਬੈਟਰ ਐਜੂਕੇਸ਼ਨ ਸਿਸਟਮ ਹੇਅਰ, ਐਂਡ ਹਾਊ ਟੂ ਡੀਲ ਵਿਦ ਪੇਸ਼ੈਂਟਸ ਯੂ ਵਿਲ ਕਮ ਟੂ ਨੋ. ਬਟ ਆਲ ਦੋ ਐਕਸਪੋਜਰ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਾਹਰ ਜਾ ਕੇ ਨਹੀਂ ਲੈ ਗਿਆ, ਐਕਸਪੋਜਰ ਤੁਹਾਨੂੰ ਹੋਣਾ ਚਾਹੀਦਾ ਹਰ ਇੱਕ ਜਗ੍ਹਾ ਦਾ. ਸੋ ਯੂ ਲਰਨ ਮੋਰ, ਉੱਥੋਂ ਪੋਜ਼ਿਟਿਵ ਚੀਜ਼ਾਂ ਚੱਕੋ ਤੇ ਇੱਥੇ ਲਿਆਓ, ਇਹਨਾਂ ਲਈ ਆਪਣੀ ਜਗ੍ਹਾ ਸਭ ਤੋਂ ਵਧੀਆ. ਐਂਡ ਯੂ ਹੈਵ ਦ ਸੇਮ ਥੋਟ ਪ੍ਰੋਸੈਸ ਆਲਸੋ ਕਿ ਇੰਡੀਆ ਆਪਣਾ, ਪੰਜਾਬ ਆਪਣਾ. ਜੇ ਆਪਾਂ ਹੀ ਇੱਥੇ ਨਹੀਂ ਰਹਾਂਗੇ ਤੇ ਪੰਜਾਬ ਦੀ ਤਰੱਕੀ ਕਿੱਦਾਂ ਹੋਊਗੀ? ਜਿਹੜੇ ਬੱਚੇ ਇੱਥੇ ਰਹਿ ਕੇ ਸਰਵ ਕਰਨਾ ਚਾਹੁੰਦੇ ਨੇ, ਐਂਡ ਦੇ ਆਰ ਸੁਪਰ ਇੰਟੈਲੀਜੈਂਟ, ਕੀ ਅਸੀਂ ਕਰ ਸਕਦੇ ਹਾਂ? ਲਾਸਟ ਕੁਸ਼ਚਨ ਮੇਰਾ ਤੁਹਾਨੂੰ ਇਹ ਹੈ ਕਿ ਵਟ ਅਦਰ ਦੈਨ ਡਾਕਟਰ, ਮੈਡੀਕਲ, ਸਰਜਰੀ, ਹੋਰ ਵਟ ਇਜ਼ ਦੇਅਰ ਇਨ ਯੋਰ ਪਰਸਨੈਲਿਟੀ? See, to start with, ਮੈਨੂੰ ਡੀਜੇਇੰਗ ਕਰਨੀ ਬਹੁਤ ਚੰਗੀ ਲੱਗਦੀ ਸੀ. ਨਾਟ ਜਿਹੜਾ ਆਪਣੇ ਇੱਥੇ ਡੀਜੇ ਚੱਲਦੇ ਨੇ ਉਹ ਵਾਲੇ ਡੀਜੇ ਨੂੰ ਮੈਂ ਮਿਕਸਿੰਗ ਕਰਦਾ ਹੁੰਦਾ ਸੀ ਬਹੁਤ ਜ਼ਿਆਦਾ, ਜਦੋਂ ਮੈਂ MBBS ਕਰਦਾ ਸੀਗਾ. ਕਾਫੀ ਰੀਮਿਕਸਿਸ ਕੀਤੇ ਸੀਗੇ ਮੈਂ. ਆਈ ਯੂਜ਼ ਟੂ ਪਲੇ ਇਨ ਕਲੱਬਸ ਆਲਸੋ. ਕਦੇ ਕਦੇ ਮੇਰਾ ਸੀਨੀਅਰ ਜਾਂਦਾ ਹੁੰਦਾ ਸੀ ਕਿ ਮੈਂ ਚੱਲ ਜਾਂਦਾ ਸੀਗਾ, ਇੱਕ ਅੱਧੇ ਕਲੱਬ ਮੈਂ ਪਲੇ ਵੀ ਕੀਤਾ ਹੋਇਆ. ਦੈਨ ਬਾਈਕਿੰਗ, ਜਾਂ ਉਹਦੇ ਮੁੰਡੇ ਦਾ ਸ਼ੌਂਕ ਹੁੰਦਾ ਬੁਲਟ, ਵੀ ਹੈਗਾ. ਸਾਰੇ ਮੁੰਡਿਆਂ ਦੇ ਇਨਸਪਾਇਰ ਹੋ ਗਏ ਨੇ ਕਿ ਡਾਕਟਰ ਬਣਨਾ ਹੁੰਦਾ ਸੀ ਅੱਗੇ. ਨਹੀਂ, ਚਲੋ ਦੈਟ ਇਜ਼ ਪ੍ਰੋਫੈਸ਼ਨ, ਬਾਕੀ ਹੋਬੀਜ਼ ਹੋਰ ਵੀ ਹੈਗੀਆਂ. ਆਪਣੇ ਆਪ ਨੂੰ ਫਿਟ ਰੱਖਣਾ ਹੈ ਤਾਂ ਪੁਆਇੰਟ, ਹੁਣ ਮੇਰਾ ਪ੍ਰੋਫੈਸ਼ਨ ਹੀ ਇੱਕ ਹੋਬੀ ਬਣ ਗਿਆ. ਮਤਲਬ ਜੋ ਵੀ ਤੁਸੀਂ ਕਰ ਰਹੇ ਹੋ ਉਹਨੂੰ ਖੁਸ਼ ਹੋ ਕੇ ਕਰੀ ਜਾਓ, ਤੁਹਾਨੂੰ ਆਪਣੇ ਆਪ ਚੰਗਾ ਲੱਗਣ ਲੱਗੇਗਾ. ਯੂ ਟੈਂਡ ਟੂ ਸਟੇ ਇਨ ਦ ਪੇਸ਼ੈਂਟ. ਬੇਸਿਕਲੀ ਮੈਂ ਕਦੇ ਕਦੇ ਇੱਕ ਜਿਹੜੀ ਚੀਜ਼ ਮੈਨੂੰ ਫੀਲ ਹੁੰਦੀ ਹੈ ਕਿ ਸਾਰਿਆਂ ਨੂੰ ਦੱਸਦੇ ਜਿੰਦਾ ਤੁਸੀਂ ਕਹਿੰਦੇ ਕਿ ਡਾਕਟਰ ਬੜਾ ਸੀਰੀਅਸ ਹੋਣਾ ਚਾਹੀਦਾ, ਬੜਾ ਇੰਨਾ ਐਨਕਾਂ ਉਣਕਾਂ ਲੱਗੀਆਂ ਉਹਨਾਂ ਦੇ, ਬਟ ਨਹੀਂ, ਇਟ ਨੈਵਰ ਮੈਟਰਸ. ਥੋੜੇ ਡੀਸੈਂਟਲੀ ਡਰੈਸਡ ਜ਼ਰੂਰ ਐਂਡ ਪ੍ਰੋਪਰਲੀ ਸਪੋਕਨ ਜ਼ਰੂਰ ਹੋਣੇ ਚਾਹੀਦੇ ਨੇ ਕਿ ਤੁਸੀਂ ਐਟਲੀਸਟ ਪੇਸ਼ੈਂਟ ਨੂੰ ਕਨਵਿੰਸ ਕਰ ਪਾਓ, ਉਹਦੇ ਤੇ ਤੁਹਾਡਾ ਪੇਸ਼ੈਂਟ ਤੇ ਫੇਥ ਤੁਹਾਡਾ ਤਾਂ ਬਣੂਗਾ. ਐਂਡ ਯੂ ਹੈਵ ਟੂ ਬੀ ਪੋਲਾਈਟ ਟੂ ਐਵਰੀਵਨ. ਬਿਲਕੁਲ, ਜਦੋਂ ਅਸੀਂ ਤੁਹਾਡੇ ਕੋਲ ਆਏ ਸੀ ਨਾ, ਵੀ ਵਰ ਲੁਕਿੰਗ ਫੋਰ ਸੋ ਮੈਨੀ ਡਾਕਟਰਸ, ਕਈ ਜਗ੍ਹਾ ਤੇ ਅਸੀਂ ਦੇਖਿਆ, ਰਾਈਟ, ਬਿਕੋਜ਼ ਉਹਨਾਂ ਦੇ ਵਿੱਚੋਂ ਅਸੀਂ ਜਿਹੜੇ ਅਫੋਰਡ, ਮਤਲਬ ਕਿ ਹਾਂ ਸੋ ਇਟ ਲਾਈਕ ਕਿ ਅਸੀਂ ਅਫੋਰਡ ਕਰ ਸਕਦੇ, ਸੋ ਸਾਡੇ ਕੋਲ ਆਪਸ਼ਨਸ ਬੜੀਆਂ ਹਨਾ. ਬਟ ਉਹੀ ਗੱਲ ਕਿ ਤੁਹਾਨੂੰ ਮਿਲ ਕੇ ਜਾਂ ਤੁਹਾਡੇ ਨਾਲ ਗੱਲ ਕਰਕੇ, ਮਾਈ ਬ੍ਰਦਰ ਫੈਲਟ ਸੋ ਕੰਫਰਟੇਬਲ ਕਿ ਉਹਨੇ ਆਪਣੇ ਮਾਈਂਡ ਚ ਰੱਖ ਲਿਆ ਕਿ ਮੈਂ ਇਹਨਾਂ ਤੋਂ ਹੀ ਕਰਾਉਣਾ, ਰਾਈਟ. ਸੋ ਇਹ ਚੀਜ਼ ਚਾਹੀਦਾ, ਮੈਨੂੰ ਪੇਸ਼ੈਂਟਸ ਆਏ ਜੇ ਮਿਲਦੇ ਨੇ ਜਿਹੜੇ ਮੇਰੀ ਗੱਲ ਮੰਨਦੇ ਨੇ, ਤਾਂ ਪਹਿਲਾਂ ਹੀ ਕੰਫਰਟੇਬਲ ਹੋ ਜਾਂਦੇ, ਰਾਈਟ. ਸੋ ਵਾਟ ਇਜ਼ ਯੋਰ ਮੈਸੇਜ ਟੂ ਦ ਆਡੀਅੰਸ? ਕੀਪ ਯੋਰ ਸੈਲਫ ਫਿਟ, ਆਪਣੇ ਆਪ ਨੂੰ ਤੰਦਰੁਸਤ ਰੱਖੋ, ਕਿਉਂਕਿ ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ. ਹੈਲਦੀ ਬਾਡੀ ਨਹੀਂ ਹੋਊਗੀ ਤਾਂ ਮਾਈਂਡ ਹੈਲਦੀ ਨਹੀਂ ਹੋ ਸਕਦਾ. ਸੋ ਹੈਲਦੀ ਮਾਈਂਡ ਸਟੇਜ ਇਨ ਹੈਲਦੀ ਬਾਡੀ, ਜਦ ਤੱਕ ਫਿਟ ਰਹੋ ਉਹਦੇ ਵਾਸਤੇ ਤੁਹਾਨੂੰ ਐਕਸਰਸਾਈਜ਼ ਕਰਨੀਆਂ ਪੈਣੀਆਂ, ਐਫਰਟਸ ਕਰਨੇ ਪੈਣੇ ਨੇ. ਆਪਣੀ ਲਾਈਫ ਗੈਜਟ ਬੇਸਡ ਹੋ ਗਈ ਅੱਜ ਕੱਲ ਬਹੁਤ ਜ਼ਿਆਦਾ, ਉਹਨੂੰ ਮੋਡੀਫਾਈ ਕਰਨਾ ਹੀ ਪੈਣਾ, ਨਹੀਂ ਤਾਂ ਅਸੀਂ ਵੀ ਉਹੀ ਪੂਰੇ ਡੱਡੂ ਬਣ ਕੇ ਰਹਿ ਜਾਂਗੇ. ਸਭ ਕੁਝ ਗੂਗਲ ਤੇ, ਸਭ ਕੁਝ ਮੋਬਾਈਲ ਤੇ ਹੋ ਰਿਹਾ. ਵੀ ਹੈਵ ਟੂ ਕਮ ਆਊਟ ਆਫ ਦੈਟ, ਤਾਂ ਹੀ ਆਪਣੀਆਂ ਹੈਲਥ ਪ੍ਰੋਬਲਮਸ ਘੱਟ ਜਾਣਗੀਆਂ, ਉਹ ਬਹੁਤ ਜ਼ਰੂਰੀ ਹੈ. ਐਂਡ ਸੈਕਿੰਡ ਪਾਰਟ ਇਜ਼ ਹੈਲਥ ਇੰਸ਼ੋਰੈਂਸ. ਇੰਡੀਆ ਇਹਦੇ ਚ ਹਜੇ ਵੀ ਲੈਕ ਕਰ ਰਿਹਾ, ਆਪਣੇ ਕੋਲ ਹੈਲਥ ਇੰਸ਼ੋਰੈਂਸਿਸ ਨਹੀਂ ਹੈਗੀਆਂ, ਭਾਵੇਂ ਪ੍ਰਾਈਵੇਟ ਜਾਂ ਸਰਕਾਰੀ ਵਾਟ ਐਵਰ, ਉਹ ਨਹੀਂ ਹੈਗੀਆਂ. ਐਂਡ ਇਹੀ ਆਪਣਾ ਇੱਕ ਫਰਕ ਹੈ ਇੰਡੀਅਨ ਹੈਲਥ ਸਿਸਟਮ ਤੇ ਅਬਰੋਡ. ਜਿਹੜਾ ਕੋਈ ਵੀ ਵੈਸਟਰਨ ਕੰਟਰੀ ਚ ਹੈਲਥ ਸਿਸਟਮ ਹੈ, ਉੱਥੇ ਸਾਰਿਆਂ ਕੋਲ ਇੰਸ਼ੋਰੈਂਸਿਸ ਹੁੰਦੀਆਂ, ਆਪਣੇ ਹੈਲਥ ਦੇ ਪ੍ਰਤੀ ਕੋਈ ਵੀ ਇੰਨਾ ਡਿਲੇ ਨਹੀਂ ਕਰਦਾ, ਕੁਛ ਨਹੀਂ ਕਰਦਾ. ਇੰਡੀਆ ਦੇ ਵਿੱਚ ਇੱਕ ਹੈਲਥ ਇੰਸ਼ੋਰੈਂਸ ਆਪਣੀ ਜ਼ਰੂਰ ਕਰਾਓ. ਬਹੁਤ ਥੋੜੇ ਜਿਹੇ ਪੈਸੇ ਹੁੰਦੇ ਨੇ ਜਿਹੜੇ ਤੁਸੀਂ ਇੱਕ ਸਾਲ ਚ ਦੇਣੇ ਹੁੰਦੇ ਨੇ, ਤੇ ਤੁਹਾਨੂੰ ਕਾਫੀ ਲੱਖਾਂ ਦਾ ਕਵਰੇਜ ਮਿਲ ਜਾਂਦਾ, ਕਿਉਂਕਿ ਮੈਡੀਕਲ ਟ੍ਰੀਟਮੈਂਟ ਬਹੁਤ ਐਕਸਪੈਂਸਿਵ ਹੋ ਰਿਹਾ. ਕਿਸੇ ਵਾਸਤੇ ਵੀ ਖੜੇ ਪੈ
ਯਾਰ ਪੈਸੇ ਕੱਢਣੇ ਬਹੁਤ ਔਖੇ ਨੇ, ਕੋਈ ਵੈਲ ਟੂ ਡੂ ਵੀ ਹੋਵੇ ਉਹਦੇ ਵਾਸਤੇ ਵੀ ਇਕਦਮ ਲੱਖਾਂ ਚ ਪੈਸੇ ਲੈਣੇ ਔਖੇ ਹੋ ਜਾਂਦੇ ਨੇ। ਸੋ ਆਪਣੀ ਹੈਲਥ ਇੰਸ਼ੋਰੈਂਸ ਜ਼ਰੂਰ ਕਰਾਓ, ਆਪਣੀ ਕਰਾਓ, ਆਪਣੇ ਘਰਦਿਆਂ ਦੀ ਕਰਾਓ, ਕਿਉਂਕਿ ਸਾਰਿਆਂ ਨੂੰ ਐਟ ਅ ਟਾਈਮ ਕਦੇ ਨਾ ਕਦੇ ਲੋੜ ਪੈਣੀ ਪੈਣੀ ਹੈ। ਤੇ ਆਪਣੀ ਹੈਲਥ ਇੰਸ਼ੋਰੈਂਸ ਹੋਊਗੀ ਆਪਣਾ ਥੋੜੇ ਪੈਸੇ ਪੱਖੋਂ ਆਪਾਂ ਨਾਰਮਲ ਹੋ ਜਾਵਾਂਗੇ, ਦੈਨ ਯੂ ਹੈਵ ਟੂ ਚੂਜ਼ ਅ ਰਾਈਟ ਪਰਸਨ ਜਿਹਦੇ ਕੋਲ ਤੁਸੀਂ ਜਾਣਾ, ਮਤਲਬ ਯੂ ਹੈਵ ਟੂ ਚੂਜ਼। ਉਹ ਅੱਜ ਕੱਲ ਜਿੰਨਾ ਮੈਂ ਫੇਸਬੁੱਕ ਗੂਗਲ ਸਭ ਜਗ੍ਹਾ ਤੇ ਅਵੇਲੇਬਲ ਹੈ, ਤੁਸੀਂ ਸਰਚ ਕਰ ਸਕਦੇ ਹੋ ਕਿਹੜਾ ਰਾਈਟ ਬੰਦਾ ਹੈ ਜਾਂ ਜਿਹਦੇ ਨਾਲ ਤੁਹਾਡੀ ਰੈਪੋ ਮਿਲਦੀ ਹੈ, ਫ੍ਰੀਕੁਐਂਸੀ ਮਿਲਦੀ ਹੈ, ਐਂਡ ਯੂ ਵਿਲ ਬੀ ਰਾਈਟ ਪਰਸਨ ਫੋਰ ਯੋਰ ਟ੍ਰੀਟਮੈਂਟ। ਗ੍ਰੇਟ, ਸੋ ਹੈਲਥ ਇੰਸ਼ੋਰੈਂਸ ਇਜ਼ ਵੈਰੀ ਇੰਪੋਰਟੈਂਟ ਤੇ ਆਪਣੇ ਆਪ ਨੂੰ ਫਿਟ ਰੱਖੋ, ਤੰਦਰੁਸਤ ਰੱਖੋ। ਇੰਦਰਦੀਪ ਜੀ, ਥੈਂਕ ਯੂ ਸੋ ਮਚ ਫੋਰ ਬੀਇੰਗ ਔਨ ਦ ਸ਼ੋਅ। ਆਈ ਐਮ ਆਨਰਡ ਐਂਡ ਅਬਲਾਈਜ਼ਡ, ਤੁਸੀਂ ਮੈਨੂੰ ਬੁਲਾਇਆ, ਪਹਿਲੀ ਵਾਰ ਮੈਂ ਇਹ ਕਰ ਰਿਹਾ। ਸੋ ਆਈ ਹੋਪਫੁਲੀ ਮੈਂ ਆਪਣਾ ਮੈਸੇਜ ਦੇ ਪਾਇਆ ਸਾਰਿਆਂ ਨੂੰ। ਆਈ ਵਿਲ ਬੀ ਹੈਪੀ, ਆਈ ਵਿਲ ਬੀ ਹੈਪੀ ਜੇ ਤੁਸੀਂ ਮੈਨੂੰ ਵਾਪਸ ਬੁਲਾਓਗੇ। ਓਕੇ ਜੀ, ਜ਼ਰੂਰ। ਸੋ ਆਈ ਹੋਪ ਤੁਹਾਨੂੰ ਅੱਜ ਦਾ ਐਪੀਸੋਡ ਬਹੁਤ ਹੀ ਇਨਫੋਰਮੇਟਿਵ ਲੱਗਾ ਹੋਏਗਾ। ਹੀ ਇਜ਼ ਅ ਪਰਫੈਕਟ ਐਗਜ਼ਾਮਪਲ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਪੜ੍ਹਾ ਕੇ ਹੀ ਦੇ ਕੁਡ ਬੀ ਸੁਪਰ ਇੰਟੈਲੀਜੈਂਟ, ਐਂਡ ਹੀ ਇਜ਼ ਨੋਟ ਅ ਨਾਰਮਲ ਡਾਕਟਰ। ਮੈਂ ਦੱਸਣਾ ਚਾਹੁੰਦੀ, ਹੀ ਇਜ਼ ਅ ਸੀਨੀਅਰ ਡਾਕਟਰ ਐਟ ਅਮਨਦੀਪ ਹੋਸਪਿਟਲ, ਤੇ ਖੁਦ ਮੈਂ ਡਾਕਟਰ ਚੁਣਨ ਲੱਗਿਆ ਆਪਣੇ ਬ੍ਰਦਰ ਲਈ ਫੋਰ ਹਿਸ ਨੀ ਸਰਜਰੀ। ਵੀ ਮੈਟ ਹਿਮ, ਆਰ ਫੈਮਿਲੀ ਫੈਲਟ ਵੈਰੀ ਵੈਰੀ ਕੰਫਰਟੇਬਲ। ਸੋ ਇੱਦਾਂ ਦੇ ਅਸੀਂ ਕਿਉਂ ਨਹੀਂ ਆਪਣੇ ਬੱਚੇ ਜਿਹੜੇ ਉਹ ਇੱਥੇ ਹੀ ਬਣਾ ਸਕਦੇ। ਸੋ ਫੋਰ ਐਕਸਪੀਰੀਅੰਸ ਯੂ ਕੈਨ ਆਲਵੇਜ਼ ਗੋ ਟੂ ਕੈਨੇਡਾ, ਅਮੈਰੀਕਾ, ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੋ। ਬਟ ਇਹਨਾਂ ਦੀ ਐਗਜ਼ਾਮਪਲ ਲੈ ਸਕਦੇ ਹੋ, ਜਾਂ ਮੈਂ ਖੁਦ ਆਪਣਾ ਬਿਜ਼ਨਸ ਜਿਹੜਾ ਉਹ ਆਪਣੇ ਪਿੰਡ ਤੋਂ ਕਰ ਰਹੀ ਹਾਂ। ਸੋ ਸਾਡੇ ਬੱਚੇ ਜਿਹੜੇ ਆ ਉਹ ਬਾਹਰ ਜਾ ਕੇ ਸਰਵ ਕਰਨ ਤੋਂ ਚੰਗਾ ਹੈ ਕਿ ਯੂ ਕੈਨ ਆਲਵੇਜ਼ ਲਰਨ ਫਰੋਮ ਡਿਫਰੈਂਟ ਲੋਕੇਸ਼ਨਸ ਐਂਡ ਦੈਨ ਕਮ ਬੈਕ ਟੂ ਪੰਜਾਬ ਐਂਡ ਟਰਾਈ ਕਿ ਅਸੀਂ ਇੱਥੇ ਹੀ ਸਰਵ ਕਰੀਏ, ਐਂਡ ਲੈਟਸ ਕੀਪ ਆਰ ਲਾਈਫ ਸਿੰਪਲ, ਤੇ ਲੈਟਸ ਫੋਕਸ ਕਿ ਅਸੀਂ ਵੱਧ ਤੋਂ ਵੱਧ ਲਰਨ ਕਰੀਏ, ਐਂਡ ਵੀ ਸ਼ੁੱਡ ਬੀ ਏਬਲ ਟੂ ਸਰਵ ਹੀਅਰ ਓਨਲੀ। ਤੇ ਨਾਲ ਹੀ ਅਸੀਂ ਅੱਜ ਡਿਸਕਸ ਕੀਤਾ ਸਪੋਰਟਸ ਇੰਜਰੀ ਬਾਰੇ। ਸੋ ਆਈ ਹੋਪ ਬਹੁਤ ਸਾਰਿਆਂ ਦੇ ਬਹੁਤ ਸਾਰੇ ਕੁਐਸਚਨ ਜਿਹੜੇ ਆ ਉਹ ਅੱਜ ਕਲੀਅਰ ਹੋਏ ਹੋਣਗੇ, ਬਹੁਤ ਸਾਰੀਆਂ ਮਿਥਸ ਇਹਨਾਂ ਨੇ ਕਵਰ ਕੀਤੀਆਂ। ਤੇ ਐਨੀ ਟਾਈਮ ਯੂ ਨੀਡ ਹਿਸ ਹੈਲਪ, ਯੂ ਕੈਨ ਆਲਵੇਜ਼ ਰਾਈਟ ਟੂ ਹਿਮ। ਮੈਂ ਉਹਨਾਂ ਦੀ ਈਮੇਲ ਆਈ ਡੀ ਮੈਂਸ਼ਨ ਕਰਾਂਗੀ। ਯੂ ਕੈਨ ਆਲਸੋ ਡਾਇਰੈਕਟਲੀ ਗੋ ਐਂਡ ਮੀਟ ਹਿਮ ਐਟ ਅਮਨਦੀਪ ਹੋਸਪਿਟਲ। ਸੋ ਥੈਂਕ ਯੂ ਸੋ ਮਚ ਫੋਰ ਵਾਚਿੰਗ ਮਨਦੀਪ ਕੌਰ ਸਿੱਧੂ ਸ਼ੋਅ।